ਬੇਬੇ ਤੇਰੇ ਸੂਟ ਤਾਂ ਮੈਂ ਚੱਕ ਲਏ ਸਾਰੇ ਧੋਣ ਵਾਲੇ। ਭੈਣੇ ਮਨਦੀਪ ਤੇਰਾ ਤਾਂ ਨਹੀਂ ਕੋਈ ਧੋਣ ਵਾਲਾ ਸੂਟ? ਮੇਰਾ ਤਾਂ ਇੱਕੋ ਹੀ ਸੂਟ ਸੀ ਕੁਰਸੀ ਤੇ ਪਿਆ, ਚੱਕਿਆ ਨਹੀਂ ਤੈਂ? ਹਾਂ ਹਾਂ ਭੈਣੇ ਉਹ ਤਾਂ ਚੱਕ ਲਿਆ ਸੀ, ਆ ਵੇਖ ਹੋਰ ਤਾਂ ਨਹੀਂ ਹੈਗਾ ਕੋਈ ਸੂਟ, ਉਹ ਵੀ ਦੱਸ ਦੇ ਹੁਣ। ਨਹੀਂ, ਹੋਰ ਤਾਂ ਹੈ ਨਹੀਂ ਭੈਣੇ, ਕੋਈ ਇੱਕੋ ਹੀ ਸੀ। ਚੱਲ ਠੀਕ ਆ, ਮੈਂ ਤਾਂ ਹੀ ਪੁੱਛਦੀ ਸੀ, ਕਈ ਵਾਰੀ ਹੋਰ ਹੁੰਦਾ ਧੋਣ ਵਾਲਾ ਮਖਾਉਣ, ਧੋਣ ਲੱਗਿਆ ਧੋ ਦੂੰਗੀ ਸਾਰੇ। ਨਹੀਂ, ਹੋਰ ਤਾਂ ਹੈ ਨਹੀਂ ਭੈਣੇ। ਚੱਲ ਠੀਕ ਆ ਫਿਰ, ਮੈਂ ਤਾਂ ਧੋਣੀ ਆ ਕੱਪੜੇ। ਹੈ ਐਵੇਂ ਕਹਿ ਦਾ ਚੰਗੀ ਹੈ ਜਸਪ੍ਰੀਤ, ਐਵੇਂ ਤਾਂ ਕਿਹਾ ਨਹੀਂ ਜਾਂਦਾ, ਬਹੁਤ ਚੰਗੀ ਹੈ। ਮੇਰੇ ਨਾਲ ਵੀ ਦੇਖ ਲੈ, ਤੇਰੇ ਸਾਹਮਣੇ ਕਦੇ ਉੱਚਾ ਨੀਵਾਂ ਨਹੀਂ ਬੋਲੀ। ਹਾਂ, ਬੋਲੀ ਤਾਂ ਮੇਰੇ ਨਾਲ ਵੀ ਨਹੀਂ ਕਦੇ। ਮੈਂ ਨਹੀਂ ਕਦੇ ਇਹੀ ਜੀ ਨੂੰ ਦੇਖੀ ਕਿਸੇ ਦੀ, ਮੈਂ ਤਾਂ ਕਹਿੰਦੀ ਆ ਪਰਮਾਤਮਾ ਇਹੀ ਜੀ ਨੂੰ ਹਰੇਕ ਨੂੰ ਦੇਵੇ। ਹਾਂ, ਲੈ ਚੱਲੀਏ ਖੇਤ ਪੁਰਾ ਵਾ। ਲਾਡੀ ਜਾਂਦਾ ਪੁੱਤ ਖੇਤ ਨੂੰ? ਹਾਂ ਬੇਬੇ ਖੇਤ ਜਾਂਦਾ ਸੀ। ਪੁੱਤ ਮੇਰੀ ਦਵਾਈ ਮੁੱਕੀ ਪਈ ਐ, 2 ਕੁ ਦਿਨਾਂ ਦੀ ਰਹੇਗੀ, ਆਉਂਦਾ ਹੋਇਆ ਲੈ ਆਈ। ਹਾਂ ਹਾਂ ਬੇਬੇ, ਜੇ ਡਾਕਟਰ ਹੋਇਆ ਤਾਂ ਲੈ ਆਊਂਗਾ ਆਉਂਦਾ ਹੋਇਆ। ਚਾਹ ਬਣਾਵਾਂ? ਘੁੱਟਕ ਪੀ ਜਾਂਦੇ? ਨਾ ਨਾ ਚਾਹ ਤਾਂ ਬਸ ਰੋਟੀ ਖਾਧੀ ਆ ਹੁਣੀ, ਜਦੋਂ ਜੀਜਾ ਕਰਦਾ ਮੈਂ ਤੇ ਕਲਦੀਪ ਬਣਾ ਲਾ ਨਾ ਖੇਤ। ਠੀਕ ਐ, ਕਲਦੀਪ ਆਇਆ ਨੀ ਅੱਜ? ਉਹ ਹੋਰ ਉਸ ਨੂੰ ਤਾਂ ਮੈਂ ਡੀਕੀ ਜਾਂਦਾ ਸੀ, ਕਹਿੰਦਾ ਮੈਂ ਘਰੋਂ ਤੁਰ ਪਿਆ, ਆਇਆ ਹਲੇ ਤੱਕ ਨਹੀਂ। ਚੱਲ ਮੈਂ ਉਧਰ ਹੀ ਜਾਂਦਾ, ਰਾਹ 'ਚ ਹੀ ਮਿਲ ਜੂ। ਆ ਜਾ ਆ ਜਾ, ਤੈਨੂੰ ਡੀਕੀ ਜਾਂਦਾ ਸੀ, ਬੜਾ ਟਾਈਮ ਲਾਤਾ। ਟਾਈਮ ਤਾਂ ਬਾਈ ਮੈਨੂੰ ਨਾ ਧਾਲੀਵਾਲਾ ਨੇ, ਜਗਮੋਹਨ ਨੇ ਰੋਕ ਲਿਆ ਸੀ। ਅੱਛਾ ਅੱਛਾ, ਕੀ ਕਹਿੰਦਾ ਸੀ? ਕਹਿਣਾ ਕੀਤੀ ਬਾਈ, ਉਹੀ ਗੱਲਾਂ ਜਿਹੜੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ, ਚੱਲ ਤੂੰ ਛੱਡ ਪਰਾਂ। ਨਹੀਂ ਨਹੀਂ ਫਿਰ ਵੀ ਦੱਸ ਤਾਂ ਸਹੀ। ਕਹਿਣਾ ਕੀਤੀ ਬਾਈ ਮੈਨੂੰ, ਕਹਿੰਦਾ ਤੂੰ ਮੇਰੇ ਨਾਲ ਰਾਜ ਆ, ਕਹਿੰਦਾ ਮੈਂ ਤੈਨੂੰ ਪੈਸੇ ਵੱਧ ਦੇ ਦਿਆ ਕਰੂੰ। ਮਹਾ ਨਹੀਂ ਭਰਾਵਾ, ਮੈਨੂੰ ਤਾਂ ਘੱਟ ਪੈਸੇ ਠੀਕ ਨੇ, ਮਹਾ ਮੈਂ ਨਹੀਂ ਛੱਡ ਸਕਦਾ ਬਾਈ ਲਾਡੀ ਹੋਰਾਂ ਨੂੰ। ਲੈ ਦੱਸ ਯਾਰ, ਮੈਨੂੰ ਇਹਦੀ ਨਹੀਂ ਸਮਝ ਲੱਗਦੀ ਜਗਮੋਹਨ ਦੀ, ਇਹ ਗੱਲਾਂ ਕਿਹੋ ਜਿਹੀਆਂ ਕਰਦਾ? ਉਹੀ ਤਾਂ ਗੱਲ ਹੈ, ਮੈਂ ਕਿਹਾ ਭਰਾਵਾ ਮੈਂ 3-4 ਸਾਲਾਂ ਤੋਂ ਉਹਨਾਂ ਦੇ ਨਾਲ ਆ, ਉਹਨਾਂ ਨੂੰ ਮੈਂ ਕਿਵੇਂ ਛੱਡ ਦਿਆਂ ਜਦੋਂ ਮੇਰਾ ਕੋਈ ਫਰਕ ਹੀ ਨਹੀਂ ਉਹਨਾਂ ਨਾਲ। ਇਹ ਸਾਰਾ ਟੱਬਰ ਕੰਜਰਾਂ ਦਾ ਕੰਜਰੀ ਰਹੂ, ਤੂੰ ਮੈਨੂੰ ਇੱਕ ਗੱਲ ਦੱਸ ਕੁਲਦੀਪ, ਮੈਂ ਤੇ ਇੱਥੋਂ ਕਿਸੇ ਗੱਲ ਤੋਂ ਭੱਜਿਆ ਜਾਂ ਸਾਡਾ ਪਰਿਵਾਰ ਭੱਜਿਆ ਹੋਵੇ? ਨਾ ਨਾ ਬਾਈ ਯਾਰ, ਜਮਾ ਨਹੀਂ, ਮੈਂ ਤੈਨੂੰ ਐਵੇਂ ਕਹਿ ਰਿਹਾ, ਦੇਖ ਮੇਰੀ ਤੁਸੀਂ ਸੁੱਖ ਦੇ ਦੁੱਖ ਦੇ ਵੀ ਮਦਦ ਕਰਦੇ ਹੋ, ਪੈਸੇ ਕੰਨੀ ਹੋ, ਜਮਾ ਪਰਵਾਹ ਨਹੀਂ ਕਰਦੇ ਕਿਸੇ ਗੱਲ ਦੀ। ਫਿਰ ਬਾਈ ਤੂੰ ਮੈਨੂੰ ਭਰਾਵਾਂ ਵਾਂਗੂ ਸਮਝਿਆ, ਸੀਰੀ ਵਾਲੀ ਤਾਂ ਕਦੇ ਗੱਲ ਹੀ ਨਹੀਂ ਕਰੀ, ਮੈਂ ਤੈਨੂੰ ਐਵੇਂ ਕਹਿ ਰਿਹਾ। ਮੈਨੂੰ ਤੇ ਇਹਦੀ ਸਮਝ ਨਹੀਂ ਆਉਂਦੀ, ਆਹ ਸਾਲੇ ਜਗਮੋਹਨ ਦੀ, ਇਹਨਾਂ ਨੇ ਹਮੇਸ਼ਾ ਆਪਦੇ ਬਾਰੇ ਸੋਚਿਆ, ਦੂਜੇ ਬਾਰੇ ਤਾਂ ਕਦੇ ਸੋਚਿਆ ਹੀ ਨਹੀਂ। ਚੱਲ ਛੱਡ ਯਾਰ ਬਾਈ, ਐਵੇਂ ਕਾਹਨੂੰ ਟੈਨਸ਼ਨ ਲਈ ਆ ਸਾਲੇ ਦੀ, ਜਦੋਂ ਮੈਂ ਤੇਰੇ ਨਾਲ ਭੌਂਕੀਆਂ ਉਹਦੇ। ਚੱਲ ਚੱਲੀਏ ਆਪਾਂ। ਆਹ ਦੁੱਧ ਤਾਂ ਚੱਕ ਲਿਆ ਸੱਚ ਕੁਲਦੀਪ, ਭੱਜ ਕੇ ਭੁੱਲ ਗਿਆ ਸੀ ਮੈਂ ਤਾਂ। ਹਾਂ ਦੁੱਧ ਲਿਆਉਣਾ ਬਾਈ, ਲਿਆਉਣਾ, ਚੱਕ ਲਿਆ। ਅੰਦਰ ਹੀ ਪਿਆ ਕੁਲਦੀਪ। ਠੀਕ ਹੈ ਬਾਈ, ਠੀਕ। ਪਤਾ ਨਹੀਂ ਬੇਬੇ ਕੀ ਹੋ ਗਿਆ, ਜਗਮੋਹਨ ਜਗਮੋਹਨ ਕਰੀ ਜਾਂਦੀ ਸੀ, ਪਤਾ ਨਹੀਂ ਕੀ ਗੱਲ ਸੀ। ਚੱਲ ਕੋਈ ਨਹੀਂ, ਲੱਗ ਜੂ ਪਤਾ। ਹਾਂ ਚੱਲ ਬੇਬੇ, ਮੈਂ ਤੈਨੂੰ ਐਂ ਕਹਿੰਦੀ ਸੀ, ਮੇਰੀ ਗੱਲ ਸੁਣ, ਜਿਵੇਂ ਤੂੰ ਦਵਾਈ ਖਾਂਦੀ ਆ, ਤੂੰ ਦੁੱਧ ਬਹੁਤ ਘੱਟ ਪੀਨੀ ਹੈਗੀ, 2 ਟਾਈਮ ਦੁੱਧ ਪੀਆ ਕਰ, ਦਵਾਈ ਵਾਲੀ ਗਰਮ ਆ ਨਾ ਤੇਰੀ। ਹਾਂ ਪੁੱਤ, ਪੀਣਾ ਤਾਂ ਚਾਹੀਦਾ, ਪਰ ਮੈਂ ਤਾਂ ਪੀਤਾ ਨਹੀਂ ਜਾਂਦਾ, ਇੱਕ ਵਾਰੀ ਪੀ ਤਾਂ ਲੈਣੀ ਆ ਮੈਂ, ਛੋਟਾ ਜਿਹਾ ਗਲਾਸ ਧੱਕੇ ਜੇ ਨਾਲ ਪੀਨੀ ਆ ਪਰ। ਆਹੋ ਦੇਖਿਆ ਮੈਂ, ਉਹ ਵੀ ਛੋਟਾ ਜਿਹਾ ਗਲਾਸ ਪੀਨੀ ਆ, ਘੱਟੋ ਘੱਟੀ ਵੱਡਾ ਗਲਾਸ ਤਾਂ ਪੀਆ ਕਰ ਬੇਬੇ। ਪਤਾ ਨਹੀਂ ਬੇਬੇ ਕੀ ਗੱਲ ਆ, ਤੂੰ ਹੁਣ ਆਪਦੀ ਸਿਹਤ ਦਾ ਜਮਾਂ ਧਿਆਨ ਨਹੀਂ ਰੱਖਦੀ, ਉਮਰ ਦੇ ਹਿਸਾਬ ਨਾਲ ਤੈਨੂੰ ਖੁਰਾਕ ਦੀ ਲੋੜ ਆ ਹੁਣ। ਹੁਣ ਤਾਂ ਪੁੱਤ ਖਾ ਲਈਆਂ ਜਿਹੜੀਆਂ ਖੁਰਾਕਾਂ ਖਾਣੀਆਂ ਸੀ, ਹੁਣ ਤਾਂ ਅੱਗੇ ਦੀ ਤਿਆਰੀ ਕਰੀਏ। ਲੈ ਕਮਾਲ ਕਰੀ ਜਾਂਦੀ ਆ ਬੇਬੇ, ਤੂੰ ਕਿਹੋ ਜਿਹੇ ਕੜਵੇਂ ਬੋਲ ਕੱਢਦੀ ਆ ਮੂੰਹ ਚੋਂ, ਐਂ ਨਹੀਂ ਕਹੀਦਾ ਹੁੰਦਾ, ਉਰੇ ਤਾਂ 90-90 ਸਾਲਾਂ ਦੀਆਂ ਬੁੜੀਆਂ ਤੁਰੀਆਂ ਫਿਰਦੀਆਂ, ਤੇਰੀ ਤਾਂ ਹਲੇ ਉਮਰ ਹੀ 60-65 ਸਾਲ ਹੈ ਸਾਰੀ। ਮੈਂ ਤਾਂ ਹੱਸਦੀ ਆ ਕੁੜੇ। ਬੇਬੇ ਹੱਸਦੀ ਵੀ ਨਾ ਕਿਹਾ ਕਰ ਇਹੋ ਜਿਹਾ ਕੁਛ, ਸਾਨੂੰ ਹਲੇ ਤੇਰੀ ਲੋੜ ਆ। ਚੰਗਾ ਚੰਗਾ ਪੁੱਤ, ਹੁਣ ਨਹੀਂ ਕਹਿੰਦੀ। ਬੇਬੇ ਸੇਬ ਕੱਟ ਕੇ ਲਿਆ ਕੇ ਦੇ ਮੈਂ ਤੈਨੂੰ ਜੇ ਖਾਣਾਗਾ। ਨਹੀਂ ਨਹੀਂ ਪੁੱਤ, ਹਜੇ ਤਾਂ ਜੀ ਜਾ ਨਹੀਂ ਕਰਦਾ, ਹੁਣੇ ਰੋਟੀ ਖਾਧੀ ਐ, ਠਹਿਰ ਕੇ ਖਾ ਲੂੰਗੀ। ਚੰਗਾ, ਲੈ ਚੱਲ ਬੇਬੇ, ਮੈਂ ਵੀ ਦੇਖਾਂ ਕੋਈ ਕੰਮ ਕਰਾਂ। ਕਰ ਲੈ ਪੁੱਤ, ਹੋਰ ਆਰਾਮ ਕਰ ਲੈ ਤੂੰ। ਕੋਈ
ਆ ਗਿਆ ਪੁੱਤ। ਹਾਂ ਬੇਬੇ ਪਾਣੀ ਲਿਆ ਕੇ ਦੇਵਾਂ? ਲਿਆ ਦੇ। ਤੜਕੇ ਪੁੱਤ ਤੁਸੀਂ ਕੀ ਗੱਲਾਂ ਕਰੀ ਜਾਂਦੇ ਸੀ ਤੂੰ ਤੇ ਕੁਲਦੀਪ? ਜਗਮੋਹਣ ਜਗਮੋਹਣ। ਅੱਛਾ ਅੱਛਾ ਉਦੋਂ ਬੇਬੇ ਉਹ ਤਾਂ ਤੂੰ ਪੁੱਛਣਾ ਤਾਲੀ ਵਾਲਾਂ ਦੀ ਜਗਮੋਹਣ ਦੀ ਕਰਤੂਤ। ਅੱਛਾ ਅੱਛਾ ਕੀ ਕਰਤਾ ਉਹਨੇ? ਕੁਲਦੀਪ ਨੂੰ ਮਿਲਿਆ ਸੀ, ਇਹਨੂੰ ਕਹਿੰਦਾ ਤੂੰ ਛੱਡ ਦੇ ਉਹਨਾਂ ਨੂੰ ਲਾਡੀ ਹੋਰਾਂ ਨੂੰ, ਮੇਰੇ ਨਾਲ ਰਲ ਜਾ ਸੀਦੀ। ਲੈ ਦੱਸ ਇਹਨਾਂ ਦਾ ਤੇ ਇਹੀ ਕੰਮ ਰਿਹਾ ਬੇਬੇ। ਉਹੀ ਤਾਂ ਗੱਲ ਆ ਭਾਬੀ। ਕੁਲਦੀਪ ਨੂੰ ਕਹਿੰਦਾ ਮੈਂ ਤੈਨੂੰ ਵੱਧ ਪੈਸੇ ਦੇ ਦਿਆ ਕਰੂੰ, ਤੂੰ ਮੇਰੇ ਨਾਲ ਰਲ ਜਾ ਸੀਦੀ। ਲੈ ਦੱਸ ਦੇ ਦਿਆ ਕਰੂਗਾ ਵੱਧ ਪੈਸੇ? ਕਿਹਦੀ ਗੱਲ ਹੈ? ਆ ਜਗਮੋਹਨ ਕੀ ਗੱਲ ਕਰਦੇ ਆ, ਕੁਲਦੀਪ ਨੂੰ ਕਹਿੰਦੇ ਤੂੰ ਸਾਡੇ ਨਾਲ ਰਲ ਜਾ, ਲਾਡੀ ਹੋਰਾਂ ਨੂੰ ਛੱਡ ਦੇ। ਅੱਛਾ ਤੈਨੂੰ ਵੱਧ ਪੈਸੇ ਦੇ ਦਿਆ ਕਰੂੰ। ਲੈ ਦੱਸ ਆਈ ਕਹਿੰਦੇ ਸੀ? ਹੋਰ ਮੈਂ ਤਾਂ ਆਪ ਬੇਬੇ ਨਾਲ ਗੱਲ ਕਰੀ ਜਾਂਦੀ ਸੀ ਉਦੋਂ, ਮੈਂ ਕਿਹਾ ਪਤਾ ਨਹੀਂ ਕੀ ਜਗਮੋਹਨ ਜਗਮੋਹਨ ਕਰੀ ਜਾਂਦੇ, ਆਹ ਗੱਲਾਂ ਕਰਦੇ ਸੀ ਉਦੋਂ ਤੁਸੀਂ। ਆਹੀ ਗੱਲ ਸੀ ਬਸ, ਇਹਨਾਂ ਦੇ ਸਾਲੇ ਸਾਰੇ ਟੱਬਰ ਦਾ ਇਹੀ ਕੰਮ ਹੈ, ਇਹਨਾਂ ਨੇ ਕਿਸੇ ਦਾ ਭਲਾ ਨਹੀਂ ਸੋਚਿਆ, ਕਦੇ ਕਿਸੇ ਦਾ ਚੰਗਾ ਨਹੀਂ ਸੋਚਿਆ, ਇਹਨਾਂ ਨੇ ਆਪ ਦਾ ਉੱਲੂ ਸਿੱਧਾ ਰੱਖਿਆ। ਦੇਖ ਲੈ ਨਾਲੇ ਚੰਗਾ ਭਲਾ ਪਤਾ ਵੀ ਕੁਲਦੀਪ ਜਾ ਕੇ ਲਾਡੀ ਨੂੰ ਦੱਸ ਦੂ, ਫੇਰ ਵੀ ਗੱਲ ਕਰਨ ਲੱਗੇ ਟਲਿਆ ਨੀ ਮੇਰਾ ਸਾਲਾ। ਨਾ ਨਾ ਬਾਈ ਇਹ ਕਿੱਥੇ ਟਲਣ ਵਾਲੇ ਨੇ, ਇਹ ਕਿੱਥੋਂ ਟਲਦੇ ਨੇ ਨਾਲੇ, ਇਹਦੇ ਪਿਓ ਨੇ ਤਾਂ ਜੈਲਦਾਰਾਂ ਦੇ ਘਰੇ ਕਲੇਸ਼ ਪਵਾਤਾ ਸੀ, ਦੋਨੇ ਭਰਾ ਲੜਾਤੇ ਸੀ ਉਂਗਲਾ ਲਾ ਲਾ ਕੇ। ਆਹੋ ਆਹੋ ਉਹ ਵੀ ਪਤਾ ਲੱਗਿਆ ਸੀ ਮੈਨੂੰ। ਮੈਨੂੰ ਤਾਂ ਆਪ ਨਹੀਂ ਸਮਝ ਲੱਗਦੀ ਇਹੋ ਜਿਹੇ ਲੋਕਾਂ ਦੀ, ਇਹਨਾਂ ਦੀਆਂ ਤਾਂ ਬੁੜੀਆਂ ਦੀ ਵੀ ਇਹੀ ਆਦਤਾਂ, ਮੂੰਹ ਤੇ ਤਾਂ ਇਹ ਜਮਾਂ ਮਿੱਠੀਆਂ ਬਣ ਜਾਂਦੇ ਨੇ, ਅੰਦਰੋਂ ਜਮਾਂ ਨਿਰੀਆਂ ਛੁਰੀਆਂ ਨੇ। ਹਾਂ ਹਾਂ ਇਹਨਾਂ ਦੀ ਤਾਂ ਬੁੜੀਆਂ ਵੀ ਇਹੋ ਜਿਹੀ ਨੇ। ਮੈਨੂੰ ਤਾਂ ਆਪ ਇਹੋ ਜਿਹੇ ਬੰਦੇ ਬਹੁਤ ਭੈੜੇ ਲੱਗਦੇ ਨੇ, ਜਿਹੜੀ ਬੰਦੇ ਦੇ ਦਿਲ ਚ ਗੱਲ ਹੋਵੇ ਉਹੀ ਮੂੰਹ ਤੇ ਹੋਣੀ ਚਾਹੀਦੀ ਹੈ। ਤੇ ਹੋਰ ਉਹੀ ਤਾਂ ਗੱਲ ਹੈ, ਅੱਜ ਗਮੋਣ ਜਾ ਵੀ ਜਦੋਂ ਮੈਨੂੰ ਮਿਲੂ ਵਧੀਆ ਐ ਭੱਜ ਕੇ ਮਿਲੂ ਉੱਡ ਕੇ, ਜਿਵੇਂ ਇਹਨਾਂ ਨਾਲ ਭੇਡਾਂ ਸਾਂਝੀਆਂ ਹੁੰਦੀਆਂ ਨੇ ਆਪਣੀਆਂ। ਬਸ ਬਸ ਆਹੀ ਗੱਲ ਹੈ ਇਹਨਾਂ ਚ। ਤੇ ਹੋਰ ਮੈਨੂੰ ਮਿਲ ਜੇ ਨਾ ਮੇਰਾ ਸਾਲਾ, ਮੈਂ ਕਰਾਂ ਇਹਦੇ ਨਾਲ ਗੱਲ। ਨਾ ਨਾ ਕੋਈ ਲੋੜ ਨਹੀਂ ਹੈਗੀ ਇਹੋ ਜਿਹੇ ਬੰਦੇ ਦੇ ਮੂੰਹ ਲੱਗਣ ਦੀ, ਭੌਂਕੀ ਜਾਣਗੇ। ਹਾਂ ਸਹੀ ਗੱਲ ਹੈ ਜਸਪ੍ਰੀਤ ਤੇਰੀ। ਆਹੋ ਆਹੋ ਪੁੱਤ ਐਵੇਂ ਮੂੰਹ ਲੱਗਣ ਦੀ ਲੋੜ ਨਹੀਂ, ਕੁਲਦੀਪ ਕਿਹੜਾ ਆਪਾਂ ਨੂੰ ਛੱਡਣ ਲੱਗਿਆ ਵਿਚਾਰਾ। ਨਹੀਂ ਨਹੀਂ ਬੇਬੇ ਉਹਨੇ ਤਾਂ ਕਾਹਦਾ ਛੱਡਣਾ ਵਿਚਾਰੇ ਨੇ ਆਪਾਂ ਨੂੰ, ਉਹ ਤਾਂ ਆਪ ਕਹਿੰਦਾ ਸੀ ਬਾਈ ਤੁਸੀਂ ਤਾਂ ਮੈਨੂੰ ਘਰ ਦੇ ਮੈਂਬਰਾਂ ਵਾਂਗੂ ਸਮਝਦੇ ਹੋ, ਉਹਨਾਂ ਨਾਲ ਕਿਵੇਂ ਬਣ ਜੂ ਮੇਰੀ ਇਹੋ ਜਿਹੀ ਗੱਲ? ਨਾ ਨਾ ਉਹਨਾਂ ਨਾਲ ਕਿੱਥੇ ਬਣ ਜੂ ਇਹੋ ਜਿਹੀ ਗੱਲ, ਉਹਨਾਂ ਦੇ ਬੁੜੇ ਦੀ ਬੋਲੀ ਵਾਲੀ ਮਾੜੀ ਹੈ। ਸਹੀ ਗੱਲ ਹੈ, ਉਹ ਤਾਂ ਗਾਂ ਬਹੁਤ ਕੱਢਦਾ, ਗਰੀਬ ਨੂੰ ਲਵਾਉਂਦਾ ਉਹ, ਮੈਂ ਦੇਖਿਆ ਕਈ ਵਾਰੀ। ਤੇ ਹੋਰ ਮੈਂ ਚਾਹ ਬਣਾ ਕੇ ਲਿਆਉਣੀ ਹੈ। ਹਾਂ ਬਣਾ ਲਿਆ, ਤੂੰ ਬਹਿ ਜਾ ਮੈਂ ਚਾਹ ਬਣਾ ਕੇ ਲਿਆਉਣੀ। ਚੱਲ ਕੋਈ ਗੱਲ ਨਹੀਂ ਭੈਣੇ ਤੂੰ ਬੈਠ, ਮੈਂ ਲਿਆਉਣੀ ਹੈ। ਘਰੇ ਆ ਭੈਣ ਜੀ? ਹਾਂ ਹਾਂ ਆ ਜਾ ਭੈਣੇ, ਆ ਗਈ ਭੈਣੇ। ਸਤਿ ਸ੍ਰੀ ਅਕਾਲ ਪੁੱਤ, ਹੋਰ ਠੀਕ ਹੈ? ਹਾਂ ਠੀਕ ਹੈ ਠੀਕ। ਹੋਰ ਭੈਣੇ ਤੂੰ ਠੀਕ ਹੈ? ਹਾਂ ਭੈਣੇ ਠੀਕ ਹੈ। ਹੋਰ ਸੁਣਾ ਤਾਈ ਨਵੀਂ ਤਾਜੀ? ਠੀਕ ਹੈ ਪੁੱਤ, ਮੈਂ ਤਾਂ ਤੈਨੂੰ ਐ ਪੁੱਛਦੀ ਸੀ ਤਰਸੇਮ ਦਾ ਫੋਨ ਆ ਜਾਂਦਾ? ਪਰ ਹਾਂ ਤਾਈ ਆ ਜਾਂਦਾ ਫੋਨ। ਕਿਹੜੇ ਦੇਸ਼ ਚ ਪਹਿਲਾਂ ਉਹ ਤਰਸੇਮ? ਤਰਸੇਮ ਉਹ ਤਾਂ ਸਪੇਨ ਚ ਆ ਤਾਈ। ਅੱਛਾ ਅੱਛਾ ਸਪੇਨ ਚ ਹੈ, ਚੱਲ ਵਧੀਆ ਗੱਲ ਹੈ ਪੁੱਤ। ਨਹੀਂ ਮੈਂ ਤਾਂ ਆਖਿਆ ਮਗਾ ਸਾਰਾ ਦਿਨ ਟਾਈਮ ਪਾਸ ਨਹੀਂ ਹੁੰਦਾ ਘਰੇ, ਮੈਂ ਕਿਹਾ ਲਛਿੰਦਰ ਨੂੰ ਮਿਲਿਓ ਨਹੀਂ ਵੀ ਝੱਟ ਵਗ ਜਾਂਦੀਆਂ। ਚੱਲ ਵਧੀਆ ਗੱਲ ਹੈ ਭੈਣੇ। ਹੋਰ ਤਾਂ ਹੀ ਆ ਗਈ ਭੈਣੇ, ਘਰੇ ਤਾਂ ਮੇਰਾ ਵਾਲ ਹੀ ਜੀ ਅੱਕ ਜਾਂਦਾ। ਹੋਰ ਲੋਟ ਹੋ ਕੇ ਬਹਿ ਜਾ। ਹਾਂ ਹੋਰ ਕਰੋ ਤੁਸੀਂ ਬੇਬੇ ਗੱਲਾਂ, ਮੈਂ ਤਾਂ ਕੋਈ ਨਹੀਂ ਪੁੱਤ ਕਰ ਲੈ, ਕੰਮ ਧੰਦੇ ਤਾਂ ਕਰਨੇ ਨੇ ਸੁੱਖ ਨਾਲ। ਹੋਰ ਹੈ ਭੈਣੇ ਛਿੰਦਰ, ਤੇਰਾ ਕੰਨ ਦੁਖਦਾ ਸੀ, ਹੁਣ ਆਰਾਮ ਹੈ ਤੈਨੂੰ? ਨਹੀਂ ਭੈਣੇ ਕੰਨ ਦੀ ਕੀ ਗੱਲ ਕਰਦੀ ਹੈ, ਮੇਰਾ ਤਾਂ ਗਲਾ ਵੀ ਰੁਕ ਗਿਆ ਸੀ, ਮਸਾਂ ਦਵਾਈ ਨਾਲ ਲੋਟ ਹੋਈਆਂ, ਜਦੋਂ ਦਵਾਈ ਛੱਡ ਦਿੰਦੀ ਹੈ ਫਿਰ ਉਹੀ ਕੁਛ ਹੋ ਜਾਂਦਾ। ਨਹੀਂ ਭੈਣੇ ਚੱਲ ਦਵਾਈਆਂ ਨਾਲ ਹੀ ਤੁਰੀ ਫਿਰੇ, ਇੰਨਾ ਹੀ ਬਹੁਤ ਹੈ, ਦਵਾਈਆਂ ਨਾਲ ਹੀ ਆਰਾਮ ਰਹੇ ਚੱਲ ਖਾਂਦੇ ਖਾਂਦੇ।
ਹੁਣ ਮੇਰੀ ਤਾਂ ਆਪ ਦੇਸਾਂ ਦੀ ਦਵਾਈ ਚੱਲਦੀ ਹੈ, ਗੋਡੇ ਗਿੱਟਿਆਂ ਦੀ ਪੁੱਛਣਾ। ਹਾਂ ਹਾਂ ਦਵਾਈ ਤਾਂ ਭੈਣੇ ਤੂੰ ਖਾਣੀ ਹੈ, ਮੈਨੂੰ ਪਤਾ ਹੈ। ਹੁਣ ਤੇਰੇ ਗੋਡੇ ਠੀਕ ਨੇ ਕਿਵੇਂ ਨੇ ਹੁਣ? ਹਾਂ ਹਾਂ ਹੁਣ ਤਾਂ ਬਹੁਤ ਫਰਕ ਹੈ ਭੈਣੇ ਛਿੰਦਰੇ ਦਵਾਈ ਨਾਲ। ਗੱਲ ਕਰ, ਮੇਰੇ ਰਾਤ ਛਾਤੀ ਚ ਦਰਦ ਹੋਣ ਲੱਗ ਗਿਆ, ਦਵਾਈ ਖਾਂਦੇ ਖਾਂਦੇ ਕੋਈ ਨੂੰ ਕੋਈ ਉੱਤੇ ਦਾ ਰੋਗ ਉੱਠ ਖੜਦਾ। ਨੀ ਭੈਣੇ, ਇਹ ਤਾਂ ਮੇਰੇ ਵੀ ਕਦੇ ਕਦੇ ਵੱਜਦਾ ਹੁੰਦਾ ਚਬਕਾ ਜਾ, ਐਵੇਂ ਬਹਿਮ ਨਾ ਕਰਿਆ ਕਰ, ਕਈ ਵਾਰੀ ਬੇਵਾਦੀ ਦਾ ਹੋ ਜਾਂਦਾ। ਨੀ ਭੈਣੇ ਪੁੱਛਣਾ, ਬਹਿਮ ਕਰੇ ਤੋਂ ਵੀ ਹੋ ਜਾਂਦਾ। ਸਤਿ ਸ੍ਰੀ ਅਕਾਲ ਤਾਈ। ਸਤਿ ਸ੍ਰੀ ਅਕਾਲ ਪੁੱਤ, ਹੋਰ ਠੀਕ ਹੈ? ਹਾਂ ਠੀਕ ਹੈ। ਹਾਂ ਤੂੰ ਸੁਣਾ, ਠੀਕ ਹੈ? ਹਾਂ ਠੀਕ ਹਾਂ। ਮੈਂ ਤਾਂ ਤੈਨੂੰ ਐਂ ਕਹਿੰਦੀ ਸੀ, ਕੋਈ ਸੱਜੇ ਖੱਬੇ ਦਾ ਤਾਂ ਫਰਕ ਨਹੀਂ ਹੁੰਦਾ। ਨਾ ਨਾ, ਐਵੇਂ ਬਹਿਮ ਨੇ ਤਾਂ, ਸੱਜੇ ਖੱਬੇ ਦਾ ਕੀ ਫਰਕ ਹੈਗਾ। ਹਾਂ ਬਹਿਮ ਬਣ ਜਾਂਦੇ ਨੇ, ਚੱਲ ਡਰੇ ਨਾ, ਕੁਛ ਨਹੀਂ ਹੁੰਦਾ। ਨਾ ਕੁਛ, ਬਾਕੀ ਮੈਂ ਖਾਣ ਪੀਣ ਤੇ ਬੰਨਾ ਨਹੀਂ ਰੱਖਦੀ। ਖਾਣ ਪੀਣ ਦੇ ਤਾਂ ਭੈਣੇ ਕਿਸੇ ਤੋਂ ਹੀ ਨਹੀਂ ਰਹਿੰਦੇ। ਪਤਾ ਨਹੀਂ ਭੈਣੇ, ਮੈਥੋਂ ਤਾਂ ਜਮੀ ਨਹੀਂ ਰਹਿੰਦੇ। ਨਾ ਰਹਿੰਦੇ ਨਹੀਂ ਹੈਗੇ ਭੈਣੇ, ਕੀ ਕਰੀਏ। ਪਰੇਟ ਤਾਂ ਜ਼ਰੂਰੀ ਹੈ ਤਾਈ। ਹਾਂ, ਤਲੀਆਂ ਫਲੀਆਂ ਚੀਜ਼ਾਂ ਨਾਲ ਪੁੱਤ ਫਰਕ ਪੈ ਜਾਂਦਾ। ਹੋਰ ਗੱਲ ਕਰ, ਮੈਥੋਂ ਰਹਿੰਦਾ ਨਹੀਂ ਫਰਿੱਜ, ਕੀ ਕਰਾਂ? ਸਰਦਾ ਨਹੀਂ ਭੈਣੇ ਫਿਰ? ਨਾ ਮਿੱਠਾ ਛੱਡਿਆ ਜਾਵੇ, ਮੈਥੋਂ ਤਾਂ ਨਾ ਲੱਸੀ ਦੁੱਧ ਛੱਡਿਆ ਜਾਵੇ। ਹਾਂ ਕੀ ਕਰਾਂ, ਦਵਾਈ ਤੋਂ ਜ਼ਿਆਦਾ ਤਾਈ ਪਰਹੇਜ਼ ਕੰਮ ਕਰਦਾ ਹੈਗਾ। ਹਾਂ ਪੁੱਤ, ਇਹ ਤਾਂ ਹੈ ਹੀ। ਹਾਂ ਤਾਈ, ਤੇਰੇ ਗੋਡੇ ਦੁਖਦੇ ਸੀ, ਠੀਕ ਨੇ ਹੁਣ? ਗੋਡੇ ਤਾਂ ਪੁੱਤ ਮੇਰੇ ਠੀਕ ਨੇ, ਅਸੀਂ ਗੋਡਿਆਂ ਦੀਆਂ ਗੱਲਾਂ ਕਰੀ ਜਾਂਦੇ ਤੇ ਬੈਠੀ ਆ। ਭੈਣੇ ਜਸਪ੍ਰੀਤ ਮੈਨੂੰ ਕਿਤੇ ਮਿਲੇ, ਇਹਨੇ ਮੇਰੇ ਗੋਡਿਆਂ ਬਾਰੇ ਪੁੱਛਣ ਹੀ ਪੁੱਛਣਾ। ਕਦੇ ਕਦੇ ਤਾਂ ਮੈਨੂੰ ਐਂ ਲੱਗਦਾ ਜਿਵੇਂ ਇਹਦੀ ਮੈਂ ਸਕੀ ਤਾਈ ਹੁੰਨੀ ਆ। ਲੈ ਦੱਸ ਤਾਈ, ਇਹ ਕਿਹੜੀ ਗੱਲ ਕਰਤੀ ਤੈਂ? ਤੂੰ ਤਾਂ ਮੈਨੂੰ ਸਕਿਆ ਨਾਲੋਂ ਵੱਧ ਐ, ਮੈਂ ਤਾਂ ਕਦੇ ਤੈਨੂੰ ਉੱਪਰੀ ਸਮਝੇ ਹੀ ਨਹੀਂ। ਨਾ ਨਾ, ਐ ਤਾਂ ਮੈਨੂੰ ਪਤਾ ਪੁੱਤ, ਹੁਣ ਤਾਂ ਮੇਰੇ ਗੋਡੇ ਠੀਕ ਨੇ, ਵਧੀਆ। ਚੱਲ ਵਧੀਆ ਗੱਲ ਹੈ ਤਾਈ। ਹੋਰ ਠੀਕ ਆ ਪੁੱਤ, ਪਾਣੀ ਦਾ ਗਲਾਸ ਲਿਆ ਦੇ ਪੁੱਤ ਇੱਕ ਮਿੰਟ। ਕੁੜੇ ਛਿੰਦਰੇ ਭੈਣੇ ਨੂੰ ਤਾਂ ਤੇਰੀ ਚੰਗੀ ਹੈ ਵਿਚਾਰੀ, ਹੋਰ ਮੈਨੂੰ ਤਾਂ ਬੁਲਾਈ ਵਧੀਆ ਲੱਗਦੀ ਹੈ। ਹਾਂ ਭੈਣੇ, ਸਹੀ ਗੱਲ ਹੈ ਤੇਰੀ, ਮੈਂ ਤਾਂ ਇਹੀ ਅਰਦਾਸਾਂ ਕਰਦੀ ਹਾਂ ਪਰਮਾਤਮਾ ਮੂਹਰੇ ਵੀ ਇਹੀ ਜੀ ਨੂੰ ਤਾਂ ਘਰ ਘਰ ਆਵੇ, ਮੇਰੀ ਤਾਂ ਬਹੁਤ ਸੇਵਾ ਕਰਦੀ ਹੈ, ਚੰਗੀ ਹੈ ਵਿਚਾਰੀ। ਚੱਲ ਵਧੀਆ ਗੱਲ ਹੈ ਭੈਣੇ। ਹਾਂ ਭੈਣੇ, ਜਿੱਦੇ ਦੀ ਆਈ ਹੈ ਮੈਨੂੰ ਤਾਂ ਕਦੇ ਉੱਚਾ ਨੀ ਮਾਨੀ ਬੋਲੀ, ਨਾ ਕਦੇ ਸਾਡਾ ਬੋਲ ਬਰਾਲਾ ਹੋਇਆ। ਠੀਕ ਹੈ ਭੈਣੇ, ਲੈ ਪੁੱਤ ਫੜਾ ਪਾਣੀ, ਮੈਨੂੰ ਤਾਂ ਨਾ ਗੋਡਿਆਂ ਦੀ ਦਵਾਈ ਖਾਂਦੀ ਕਰਕੇ ਦੇਸਾਂ ਦੀ ਤੇਹ ਲੱਗਦੀ ਹੈ, ਗਰਮ ਹੁੰਦੀ ਹੈ ਭੈਣੇ। ਹਾਂ ਗਰਮ ਹੁੰਦੀ ਹੈ ਦਵਾਈ। ਦੇਖ ਲਾ ਬੇਬੇ, ਤਾਈ ਕੋਲ ਕਿਵੇਂ ਭੰਡੀ ਜਾਂਦੀ ਹੈ ਮੈਨੂੰ, ਮੈਂ ਕਦੇ ਉਈ ਨੀ ਬੋਲੀ ਉੱਚਾ ਨੀਵਾ। ਟਾਈਮ ਦੇਖ ਲਓ ਕਿਹੋ ਜਿਹਾ ਆ ਗਿਆ, ਚੰਗੀ ਨੂੰ ਤਾਂ ਮਾੜਾ ਕਹੀ ਜਾਂਦੀ ਆ, ਮਾੜੀ ਨੂੰ ਚੰਗਾ ਕਹੀ ਜਾਂਦੀ ਹੈ। ਚਲੋ ਪਰਮਾਤਮਾ ਤਾਂ ਦੇਖਦਾ ਹੀ ਹੈ, ਲੱਗ ਜੂ ਪਤਾ ਬੇਬੇ ਨੂੰ ਵੀ ਕਿਹੜੀ ਚੰਗੀ ਹੈ ਤੇ ਕਿਹੜੀ ਮਾੜੀ ਹੈ। ਉਈ ਲੱਗਦਾ ਤੈਨੂੰ, ਇਹਨਾਂ ਦਾ ਤਾਂ ਦੋਨਾਂ ਦਾ ਦਿਨ ਰਾਤ ਦਾ ਫਰਕ ਹੈ, ਨੀ ਇਹ ਕਿੱਥੇ ਬਣ ਜੂਗੀ ਉਹਦੇ ਵਰਗੀ, ਉਹਨੇ ਤਾਂ ਕਦੇ ਦਰਾਣੀ ਜਠਾਣੀ ਵਾਲੀ ਗੱਲ ਹੀ ਨੀ ਕਰੀ ਉਹਦੇ ਨਾਲ। ਅੱਛਾ ਭੈਣੇ, ਹਾਂ ਹੋਰ ਤੈਨੂੰ ਐਵੇਂ ਲੱਗਦੀ ਹੈ? ਹਾਂ ਹਾਂ ਪਤਾ ਹੀ ਲੱਗ ਜਾਂਦਾ ਬੰਦੇ ਦਾ, ਉਹਨੇ ਨੀ ਕਦੇ ਕਰਿਆ ਹੋਣਾ ਇਹਦੇ ਨਾਲ ਫਰਕ। ਨਾ ਨਾ, ਜਮਾ ਨੀ ਕਰਦੀ, ਬਹੁਤ ਚੰਗੀ ਮਿਲੀ ਹੈ ਭੈਣੇ ਮੈਨੂੰ। ਚੰਗਾ ਭੈਣੇ, ਠੀਕ ਹੈ ਤਾਈ, ਅੰਦਰ ਆ ਜਾਓ ਨਾ, ਤੁਹਾਨੂੰ ਪਤਾ ਹੀ ਨੀ ਲੱਗਿਆ ਧੁੱਪ ਆ ਗਈ, ਗੱਲਾਂ ਕਰੀ ਜਾਂਦੀਆਂ ਬੈਠੀਆਂ। ਹੋਰ ਪੁੱਤ ਆ ਜਾਓ, ਅੰਦਰ ਆ ਜਾਓ। ਹਾਂ ਚੱਲ ਕੋਈ ਨੀ, ਪੀ ਲੈਂਦੀ। ਤਾਈ ਕੁਛ ਨੀ ਹੁੰਦਾ, ਘੁੱਟ ਕੇ ਪੀ ਲਈ। ਜਸਪ੍ਰੀਤ ਉਰੇ ਆ ਪੁੱਤ, ਉਰੇ ਆ, ਮੇਰੀ ਤੀ ਮੰਨੀ ਦਾ ਹੁੰਦਾ, ਚਾਹ ਨਾ ਕਰ, ਚਾਹ ਮੈਂ ਤੇਰੀ ਫੇਰ ਪੀ ਜੂ, ਤੇਰੇ ਸਿਰ ਚਾਹ ਦੀ ਧਾਰ ਹੈ ਮੇਰੀ। ਫੇਰ ਕੀ ਹੋ ਗਿਆ ਤਾਈ, ਪੀ ਲੈਂਦੀ ਘੁੱਟ? ਨਾ ਨਾ, ਫੇਰ ਪੀ ਜੂ, ਕੋਈ ਨੀ, ਚਾਹ ਨੀ ਤੇਰੀ ਛੱਡਦੀ, ਬੇਪਰਵਾਹ ਹੈ। ਨੀ ਭੈਣੇ ਪੀ ਜਾਂਦੀ ਘੁੱਟ? ਨੀ ਮੈਂ ਘਰੇ ਜਾਣਾ, ਮੈਂ ਕਿਹਾ ਡੀਕੀ ਜਾਂਦੇ ਹੋਣੇ ਕਦੋਂ ਦੀ।
ਚੱਲ ਚੰਗਾ ਫਿਰ ਜਿੰਨੀ ਫਿਰ ਵੀ ਆਈ ਆ ਦੇਖ ਕਿਹੜਾ ਬੇੜਾ ਹੋ ਗਿਆ ਠੀਕ ਹੈ ਹੋਰ ਚੰਗਾ ਪਾਣੀ ਸਿੰਦਰੇ ਚੰਗਾ ਬਹਿ ਜਾਂਦੀ ਤਾਈ 10 ਮਿੰਟ ਹੋਰ ਬਸ ਪੁੱਤ ਮੈਂ ਤਾਂ ਬਹੁਤ ਆ ਜਾਣਿਆ ਕੰਨੇ ਕੇ ਜ ਮਾਰ ਜਨੇ ਛੋਟੇ ਘਰੇ ਤੁਸੀਂ ਜਮੀ ਨਹੀਂ ਆਉਂਦੀ ਆ ਨਾ ਤੇਰੀ ਬੀਬੀ ਆਉਂਦੀ ਆ ਨਹੀਂ ਆਉਂਗੀ ਭੈਣੇ ਹੋਰ ਆ ਜੀ ਭੈਣੇ ਮਾਰੇ ਕਿਹੜਾ ਚੰਗਾ ਕੋਈ ਨਹੀਂ ਕੋਈ ਹੋਰ ਕੋਈ ਨਹੀਂ ਜੀ ਨਹੀਂ ਲੱਗਦਾ ਇਹ ਸਮਾਂ ਹੈ ਕੋਈ ਨਹੀਂ ਤਾਈ ਆਵਾਂਗੇ ਜ਼ਰੂਰ ਟਾਈਮ ਕੱਢ ਕੇ ਹਾਂ ਇਹ ਤਾਂ ਕੀ ਪਤਾ ਤੇਰਾ ਆਈ ਆ ਤੇਰੀ ਤਾਈ ਤਾਂ ਲੈ ਮੈਂ ਗੇਟ ਲਾਇਆ ਲਾਇਆ ਪੁੱਤ ਗੇਟ ਲਾਇਆ ਹੋਰ ਤੇ ਹੋਰ ਮੈਨੂੰ ਤਾਂ ਨਾ ਬਹੁਤ ਗੁੱਸਾ ਚੜਦਾ ਜਦੋਂ ਬੇਬੇ ਮੈਨੂੰ ਲੋਕਾਂ ਕੋਲੇ ਨਾ ਜ਼ੀਰੋ ਬਣਾ ਦਿੰਦੀ ਆ ਮੈਂ ਫੇਰ ਚੁੱਪ ਕਰ ਜਾਂਦੀ ਵੀ ਚੱਲ ਛੱਡ ਮਨਾ ਮੈਂ ਕੀ ਲੈਣਾ ਹੈ ਤੇ ਹੋਰ ਚੱਲ ਤੁਸੀਂ ਕਰ ਲਓ ਕੰਮ ਧੰਦਾ ਫੇਰ ਕਰ ਲਿਓ ਮੈਨੂੰ ਫੋਨ ਹਾਂ ਸਾਰੇ ਠੀਕ ਨੇ ਬੇਬੇ ਵੀ ਠੀਕ ਹੈ ਠੀਕ ਹੈ ਠੀਕ ਹੈ ਚੰਗਾ ਚੱਲ ਉੱਠੀ ਹੈ ਯਾਰ ਕਰੀਏ ਤਿਆਰੀ ਖੇਤ ਦੀ ਅੱਜ ਤਾਂ ਖੇਤ ਕੰਮ ਵੀ ਬਹੁਤ ਹੈ ਹਾਂ ਤਿਆਰੀ ਤਾਂ ਫਿਰ ਕਰਨੀ ਪੈਂਦੀ ਆ ਊਂ ਤਰਸੇਮ ਵੀਰ ਜੀ ਦਾ ਵਧੀਆ ਹਨਾ ਬਾਹਰ ਬੈਠੇ ਪੈਸੇ ਕਮਾਈ ਜਾਂਦੇ ਨਾਲੇ ਜੋੜੀ ਜਾਂਦੇ ਆਪਦੇ ਤੁਸੀਂ ਉਰੇ ਫਿਰਦੇ ਹੋ ਖੇਤਾਂ 'ਚ ਧੱਕੇ ਖਾਂਦੇ ਸਹੀ ਗੱਲ ਹੈ ਮੇਰਾ ਨਿਕਲਦਾ ਖੇਤਾਂ 'ਚ ਤੂੰ ਆ ਜਦੋਂ ਸਿਖਰ ਦੁਪਹਿਰੇ ਕਹੀ ਚੱਕਣੀ ਪੈਂਦੀ ਹੈ ਤੇ ਹੋਰ ਵੀਰ ਜੀ ਦਾ ਵਧੀਆ ਜਿੱਥੇ ਰਹਿੰਦੇ ਨੇ ਉੱਥੇ ਵੀ ਏਸੀ ਆ ਜਿੱਥੇ ਕੰਮ ਕਰਦੇ ਉੱਥੇ ਵੀ ਏਸੀ ਆ ਸਹੀ ਗੱਲ ਹੈ ਚੱਲ ਮੈਂ ਤਾਂ ਜਾਵਾਂ ਚੱਲ ਮੈਂ ਵੀ ਕਰਾਂ ਕੰਮ ਲਾਡੀ ਮੇਰੀ ਦਵਾਈ ਮੁੱਕਣ ਵਾਲੀ ਆ ਪੁੱਤ ਅੱਛਾ ਮਹੀਨੇ ਦੀ ਲਿਆ ਕੇ ਦਿੱਤੀ ਸੀ ਮਹੀਨਾ ਹੋ ਵੀ ਗਿਆ ਹਾਂ ਪੁੱਤ 26-27 ਦਿਨ ਤਾਂ ਹੋ ਵੀ ਗਏ ਹਾਂ ਹੋ ਗਏ ਹੋਣੇ ਚੱਲ ਕੋਈ ਨਾ ਬੇਬੇ ਲਿਆ ਦੂੰਗਾ ਸ਼ਾਮ ਨੂੰ ਫੜਾ ਦੀ ਮੈਨੂੰ ਪਰਚੀ ਚੱਲ ਠੀਕ ਹੈ ਸੜੀ ਦਵਾਈ ਬੜੀ ਮਹਿੰਗੀ ਆ ਬੇਬੇ ਦੀ 17-1800 ਦੀ ਪੈ ਜਾਂਦੀ ਹੈ ਲਿਆ ਕੇ ਦਿਓ ਫਿਰ ਦਵਾਈ ਉਹ ਤਾਂ ਲਿਆਉਣੀ ਪਊਗੀ ਤਰਸੇਮ ਬਾਈ ਤਾਂ ਪੈਸੇ ਭੇਜ ਦਿੰਦਾ ਮਨਦੀਪ ਭੈਣ ਨੂੰ ਬੇਬੇ ਉਹਨਾਂ ਤੋਂ ਤਾਂ ਮੰਗਦੀ ਨਹੀਂ ਸੋਨੂੰ ਹੀ ਕਹਿਣਾ ਹੁੰਦਾ ਠੀਕ ਹੈ ਫਿਰ ਤੁਸੀਂ ਲਾਡਲੇ ਪੁੱਤੋਂ ਸੋਨੂੰ ਹੀ ਕਹਿਣਾ ਬੇਬੇ ਨੇ ਤਾਂ ਸਹੀ ਗੱਲ ਹੈ ਬੇਬੇ ਜਮਾ ਨਹੀਂ ਕਹਿੰਦੀ ਤਰਸੇਮ ਬਾਈ ਨੂੰ ਨਾ ਭਾਬੀ ਨੂੰ ਕਹੇ ਵੀ ਦਵਾਈ ਦੇ ਪੈਸੇ ਦੇ ਦਿਓ ਲਾਡੀ ਨੂੰ ਹਾਂ ਆਹੀ ਗੱਲ ਤਾਂ ਮੈਂ ਵੀ ਸੋਚਦੀ ਹੁੰਦੀ ਹਾਂ ਬਹੁਤ ਫਿਰ ਮੈਂ ਕਹਿ ਦਿੰਦੀ ਹਾਂ ਛੱਡ ਪਰੇ ਫਿਰ ਕੀ ਹੋ ਗਿਆ ਹੋਇਆ ਤਾਂ ਕੁਛ ਨਹੀਂ ਪਰ ਬੇਬੇ ਨੂੰ ਚਾਹੀਦਾ ਹਾਂ ਚਾਹੀਦਾ ਤਾਂ ਹੈਗਾ ਬੇਬੇ ਨੂੰ ਕਿਹੜਾ ਪਤਾ ਨਹੀਂ ਵੀ ਸਾਰਾ ਦਿਨ ਖੇਤਾਂ 'ਚ ਮਿੱਟੀ ਨਾ ਮਿੱਟੀ ਹੁੰਦੇ ਹੋ ਤੁਸੀਂ ਫੇਰ ਕਿਤੇ ਜਾ ਕੇ 2 ਰੁਪਏ ਬਣਦੇ ਨੇ ਬੇਬੇ ਨੂੰ ਵੀ ਚਾਹੀਦਾ ਵੀ ਮੈਂ ਉਹਨਾਂ ਤੋਂ ਪੈਸੇ ਮੰਗਿਆ ਕਰਾਂ ਦਵਾਈ ਤੇ ਚੱਲ ਫਿਰ ਛੱਡੋ ਕਈ ਵਾਰੀ ਨਹੀਂ ਆਉਂਦੀ ਬੰਦੇ ਦਿਮਾਗ 'ਚ ਗੱਲ ਹਾਂ ਹੋ ਸਕਦਾ ਚੱਲ ਮੈਂ ਤਾਂ ਕੱਪੜੇ ਧੋਵਾਂ ਫਿਰ ਧੋ ਲੈ ਕਿਵੇਂ ਲਾਡੀ ਤੂੰ ਅੱਜ ਖੇਤ ਜਾਣਾ ਨੀ ਪੁੱਤ ਅੱਜ ਖੇਤ 'ਚ ਕੰਮ ਕੋਈ ਹੈ ਨਹੀਂ ਸੀ ਮੈਂ ਕਿਹਾ ਰਹਿਣ ਦੇਣਾ ਆਹੋ ਚੱਲ ਰਹਿਣ ਦੇ ਕੋਈ ਗੱਲ ਨਹੀਂ ਹਾਂ ਬੇਬੇ ਪੁੱਤ ਤੂੰ ਐ ਕਰ ਫਿਰ ਸੌਦਾ ਲਿਆ ਮੁੱਕਿਆ ਪਿਆਗਾ ਫਿਰ ਆ ਕੇ ਭਾਵਾਂ ਤੂੰ ਆਰਾਮ ਕਰ ਲੈ ਅੱਛਾ ਅੱਛਾ ਕੋਈ ਨਾ ਬੇਬੇ ਲੈ ਆਉਣਾ ਮਨਦੀਪ ਜਾ ਪਰਚੀ ਲੈ ਕੇ ਆ ਪੁੱਤ ਲਿਓਨੀ ਆ ਬੇਬੀ ਲੈ ਲੈ ਸੌਦਾ ਤਾਂ ਬੇਬੇ ਮੈਂ ਲੈ ਆਉਣਾ ਇਹਦੇ ਪੈਸੇ ਕੌਣ ਦੇਊਗਾ ਕੀ ਗੱਲ ਪੁੱਤ ਪੈਸੇ ਹੈ ਨਹੀਂ ਤੇਰੇ ਕੋਲੇ ਹੁਣ ਹਰ ਵਾਰੀ ਪੈਸੇ ਬੇਬੇ ਮੈਂ ਦਿਆ ਕਰਾਂ ਮੈਂ ਤਾਂ ਖੇਤਾਂ 'ਚ ਮਿੱਟੀ ਨਾਲ ਮਿੱਟੀ ਹੋ ਕੇ ਮਸਾਂ ਪੈਸੇ ਕਮਾਉਣਾ ਤਰਸੇਮ ਬਾਈ ਨੂੰ ਵੀ ਕਹਿ ਦਿਆ ਕਰ ਕਦੇ ਆ ਭਾਬੀ ਨੂੰ ਭੇਜਦਾ ਇਹ ਤੋਂ ਮੰਗ ਲਿਆ ਕਰ ਲੈ ਕਮਾਲ ਹੋ ਗਈ ਪੁੱਤ ਇਹ ਤੂੰ ਕਈਆਂ ਜੇ ਗੱਲਾਂ ਕਰੀ ਜਾਂਦਾ ਮੈਨੂੰ ਤਾਂ ਆਪ ਨਹੀਂ ਸਮਝ ਲੱਗਦੀ ਇਹਨੂੰ ਹੋ ਕੀ ਗਿਆ ਲੈ ਮੈਨੂੰ ਕੀ ਹੋਣਾ ਭਾਬੀ ਹੁਣ ਹਰ ਵਾਰੀ ਮੈਨੂੰ ਸੁੱਖਿਆ ਤਾਂ ਨਹੀਂ ਵੀ ਹਰੇਕ ਕੰਮ 'ਚ ਮੈਂ ਹੀ ਪੈਸੇ ਲਾਵਾਂ ਆ ਬੇਬੇ ਦੀ ਦਵਾਈ ਹੈ ਮੈਂ ਲਿਆ ਦੇਣਾ ਘਰ ਦੀ ਕੋਈ ਹੋਰ ਚੀਜ਼ ਲਿਆਉਣੀ ਹੁੰਦੀ ਹੈ ਤਾਂ ਮੈਨੂੰ ਕਹਿ ਦਿੰਦੇ ਹੋ ਤਰਸੇਮ ਬਾਈ ਨੂੰ ਵੀ ਕਹਿ ਦਿਓ ਤਰਸੇਮ ਬਾਈ ਤੈਨੂੰ ਪੈਸੇ ਭੇਜਦਾ ਤੂੰ ਵੀ ਰੁਪਈਆ ਲਾ ਦਿਆ ਕਰ ਕਦੇ
ਲੈ ਬਾਈ ਪੈਸਾ ਕੱਢਣ ਵਾਲੀ ਕਿਹੜੀ ਗੱਲ ਆ? ਬੇਬੇ ਕਹੇ ਤਾਂ ਸਹੀ, ਮੈਨੂੰ ਤਾਂ ਕਦੇ ਬੇਬੇ ਨੇ ਕਿਹਾ ਹੀ ਨੀ। ਬੇਬੇ ਨੇ ਤੈਨੂੰ ਕਾਹਦਾ ਕਹਿਣਾ? ਬੇਬੇ ਨੂੰ ਤਾਂ ਮੈਂ ਦੱਸਦਾ ਵੀ ਇਹਦੇ ਤੇ ਬੋਝ ਪਾਈ ਚੱਲੋ ਸਾਰਾ। ਐਵੇਂ ਨਾ ਪਕਾਈ ਮਾਰੀ ਜਾਵੇ ਕੁੱਤੇ ਵਾਲੀ, ਕਈਆਂ ਜਿਹੀਆਂ ਗੱਲਾਂ ਕਰਦਾ ਤੂੰ, ਛਿੱਤਰ ਨਾ ਖਾ ਲਈਆਂ ਮੈਥੋਂ। ਐਂ ਕਿਵੇਂ ਛਿੱਤਰ ਮਾਰੇਂਗੀ? ਮੇਰੀ ਗੱਲ ਸੁਣ ਲੈ ਬੇਬੇ, ਅਸੀਂ ਤਾਂ ਅੱਡ ਹੋਣਾ, ਭਾਬੀ ਹੋਰੀ ਅੱਡ ਰਹਿਣਗੇ, ਅਸੀਂ ਅੱਡ ਰਹਾਂਗੇ। ਮੈਂ ਇੱਥੇ ਖੇਤਾਂ 'ਚ ਮਿੱਟੀ ਨਾਲ ਮਿੱਟੀ ਹੁੰਦਾ ਰਹਿਣਾ, ਉਹ ਉੱਥੇ ਅਸੀਂ ਜਨਾਬ ਨਾਲ ਬੈਠਾ, ਉਹਦੇ ਤੋਂ ਵੀ ਪੰਜੀ ਮੰਗ ਲਿਆ ਕਰੋ, ਮੈਨੂੰ ਨੀ ਪਤਾ ਮੈਂ ਤਾਂ ਅੱਡ ਹੋਣਾ। ਚੱਲ ਕੋਈ ਗੱਲ ਨੀ ਬੇਬੇ, ਇਹਨੂੰ ਕਰ ਲੈਣ ਦੇ ਆਪਦੇ ਮਨ ਦੀ ਰੀਝ ਪੂਰੀ, ਹੋ ਲੈਣ ਦੇ ਇਹਨੂੰ ਅੱਡ। ਕਿਉਂ ਭੌਂਕੀ ਜਾਂਦਾ ਵੇ ਐਵੇਂ, ਉਹੀ ਭਕਾਈ ਮਾਰੀ ਜਾਂਦਾ। ਐਵੇਂ ਮਾਰੀ ਜਾਂਦਾ ਭਕਾਈ, ਚੁੱਪ ਕਰਕੇ ਬਹਿ ਜਾ, ਹੁਣ ਆਏ ਨੇ ਅੱਡਾ। ਨਹੀਂ ਨਹੀਂ ਜਸਪ੍ਰੀਤ, ਤੈਨੂੰ ਨੀ ਪਤਾ ਮੈਂ ਤਾਂ ਅੱਡ ਹੋਣਾ ਹੀ ਹੋਣਾ। ਐਵੇਂ ਨਾ ਭਕਾਈ ਮਾਰੀ ਜਾਓ, ਹੋਣਾ ਤੁਸੀਂ ਅੱਡ, ਵਧੀਆ ਆਪਣੇ ਘਰ 'ਚ ਤਬਾਕ ਬਣਿਆਗਾ, ਖਰਾਬ ਕਰਨਾ ਮਾੜੀ ਜੀ ਗੱਲ ਪਿੱਛੇ। ਨਾ ਇਹ ਮਾੜੀ ਜੀ ਗੱਲ ਹੈ, ਕੋਈ ਵੀ ਕੰਮ ਹੋਵੇ, ਲਾਡੀ ਪੈਸੇ ਲਾ ਦੂ, ਲਾਡੀ ਪੈਸੇ ਲਾ, ਇੱਕ ਪਾਸਾ ਕਰਨਾ ਹੀ ਕਰਨਾ, ਮੈਂ ਤਾਂ ਅੱਡ ਹੋਣਾ ਹੀ ਹੋਣਾ, ਦੱਸਤਾ ਤੈਨੂੰ। ਚੱਲ ਕੋਈ ਗੱਲ ਨੀ, ਤੂੰ ਹੋ ਜਾ ਅੱਡ, ਅੱਡ ਹੀ ਹੋ ਜਾ ਹੁਣ ਤੂੰ। ਸੱਦ ਲਓ ਜਿਹੜੀ ਪੰਚਾਇਤ ਸੱਦਣੀ ਆ, ਚਾਰ ਬੰਦੇ ਬਿਠਾ ਕੇ ਗੱਲ ਕਰ ਲੈਨੇ ਆ, ਐਡੀ ਕਿੱਡੀ ਕੁ ਗੱਲ ਆ ਇਹ, ਜਦੋਂ ਤੂੰ ਸੋਚ ਹੀ ਲਿਆ ਭਾਈ ਹੋ ਜਾ ਅੱਡ। ਹਾਂ ਬਸ ਮੈਂ ਤਾਂ ਸੋਚ ਲਿਆ। ਮੇਰੀ ਗੱਲ ਸੁਣ, ਹਜੇ ਵੀ ਸਮਝ ਜਾ, ਸਮਝ ਜਾ, ਮੈਂ ਤੈਨੂੰ ਕਹੀ ਜਾਂਦੀ ਆ। ਨਹੀਂ ਬਸ ਮੈਂ ਤਾਂ ਸਮਝ ਲਿਆ ਜਿਹੜਾ ਸਮਝਣਾ ਸੀ, ਮੈਂ ਤਾਂ ਹੁਣ ਅੱਡ ਹੋਣਾ ਹੀ ਆ। ਚੱਲ ਕੋਈ ਗੱਲ ਨੀ ਭਾਈ, ਜੇ ਤੂੰ ਇਸੇ ਗੱਲ ਤੇ ਅੜਿਆ, ਬਾਹਲੇ ਬੰਦਿਆਂ ਦੀ ਲੋੜ ਨੀ, ਇੱਕ ਕੁਲਦੀਪ ਨੂੰ ਬੁਲਾ ਲੈਨੇ ਆ, ਇੱਕ ਤੇਰੀ ਤਾਈ ਗਰਮੇਲ ਕੌਰ ਨੂੰ ਬੁਲਾ ਲੈਨੇ ਆ, ਆਖਰ ਨੂੰ ਉਹ ਵੀ ਮੈਂਬਰ ਨਹੀਂ ਰਹੀ ਹੋਈ ਹੈ। ਆਹੋ ਚੱਲ ਠੀਕ ਹੈ, ਇਹਨਾਂ ਦੋਨਾਂ ਨੂੰ ਸੱਦ ਲੈਨੇ ਆ। ਠੀਕ ਹੈ ਚੰਗਾ। ਉਹ ਤਾਂ ਤੁਸੀਂ ਵਧੀਆ ਕੀਤਾ, ਫਿਰ ਅੱਕਿਆ ਬੰਦਾ ਕੀ ਕਰੇ, ਬੋਲ ਹੀ ਪੈਂਦਾ। ਉਹੀ ਤਾਂ ਗੱਲ ਹੈ, ਮੈਨੂੰ ਤਾਂ ਗੁੱਸਾ ਚੜਿਆ ਪਿਆ ਸੀ, ਫਿਰ ਮੈਂ ਕੀ ਕਰਦਾ। ਨਹੀਂ ਗੁੱਸਾ ਤਾਂ ਬੰਦੇ ਨੂੰ ਆਈ ਜਾਂਦਾ ਹੈਗਾ, ਫਿਰ ਚੱਲ ਅੱਡ ਹੋਣ ਵਾਲਾ ਸਿਆਪਾ ਕਾਹਨੂੰ ਕਰਨਾ ਸੀ। ਨਹੀਂ ਨਹੀਂ ਤੈਨੂੰ ਨੀ ਪਤਾ ਜਸਪ੍ਰੀਤ। ਚਲੋ ਸੋਨੂੰ ਮੇਰੇ ਨਾਲੋਂ ਜ਼ਿਆਦਾ ਪਤਾ ਹੈਗਾ, ਜਿਹੜਾ ਕੁਛ ਤੁਸੀਂ ਕਰਦੇ ਹੋ ਠੀਕ ਹੀ ਕਰਦੇ ਹੋਵੋਗੇ। ਮੈਂ ਤਾਂ ਪੁੱਤ ਤੁਹਾਨੂੰ ਐਂ ਕਹਿੰਦੀ ਸੀ, ਤੁਸੀਂ ਕੀ ਲੈਣਾ ਅੱਡ ਹੋ ਕੇ, ਵਧੀਆ ਇਕੱਠੇ ਸੀਗੇ। ਉਹੀ ਤਾਂ ਗੱਲ ਹੈ ਤਾਈ, ਮੈਂ ਵੀ ਇਹੀ ਗੱਲ ਸਮਝਾਉਂਦੀ ਸੀ ਇਹਨਾਂ ਨੂੰ। ਉਹੀ ਤਾਂ ਗੱਲ ਹੈ ਬਾਈ ਯਾਰ, ਹੈ ਸਾਰਾ ਪਿੰਡ ਤੁਹਾਡੀਆਂ ਤਾਰੀਫਾਂ ਕਰਦਾ, ਵੀ ਕਿੰਨਾ ਦੋਨੇ ਭਰਾਵਾਂ 'ਚ ਇੱਕ ਹੈ, ਇਹ ਕੰਮ ਨਾ ਕਰੋ ਬਾਈ ਯਾਰ। ਤੇ ਹੋਰ ਬਾਈ, ਮੈਂ ਵੀ ਇਹਨਾਂ ਨੂੰ ਇਹੀ ਗੱਲ ਸਮਝਾਈ ਜਾਂਦੀ ਸੀ ਵੀ ਆਪਾਂ ਜੇ ਅੱਡ ਹੋ ਗਏ ਲੋਕ ਕੀ ਕਹਿਣਗੇ। ਆਹ ਦੇਖ ਲੈ ਲਾਡੀ ਪੁੱਤ, ਆਹ ਤੈਨੂੰ ਰੋਕੀ ਜਾਂਦੀ ਹੈ, ਕੋਈ ਇਸੇ ਤੋਂ ਗਿਆਨ ਲੈ ਲੈ, ਇਹ ਵੀ ਵਿਚਾਰੀ ਸਮਝਾਈ ਜਾਂਦੀ ਤੈਨੂੰ। ਇਹਦੇ 'ਚ ਸਿਆਣ ਫੈ ਭੈਣੇ, ਸਿਆਣੀ ਆ ਅਗਲੀ, ਇਹਨੂੰ ਸਾਰਾ ਪਤਾ ਹੈ ਵੀ ਇਕੱਠ 'ਚ ਕਿੰਨਾ ਵਧੀਆ ਫਾਇਦਾ ਹੁੰਦਾ। ਹਾਂ ਭੈਣੇ, ਇਕੱਠ 'ਚ ਤਾਂ ਫਿਰ ਫਾਇਦਾ ਹੀ ਹੁੰਦਾ। ਹੋਰ ਹੁਣ ਜੇ ਇਕੱਠ ਰਹੂਗਾ, ਥਵਾਕ ਰਹੂਗਾ, ਤਾਂ ਹੀ ਚੀਜ਼ਾਂ ਬਣਨਗੀਆਂ। ਹਾਂ ਫੇਰ ਹੀ ਬਣਨਗੀਆਂ। ਆਹ ਦੇਖ ਲੈ ਆਪਣੇ ਉਹਨਾਂ ਦੇ ਕੰਨ ਨਾਲ ਕੇ, ਹਾਂ ਨੇਕ ਕੇ, ਹੋਰ ਹੋਰ ਦੇਖ ਲੈ ਉਹ ਦੋਨੇ ਭਾਈ ਇਕੱਠੇ ਨੇ, ਹਾਂ ਜਵਾਬ ਵੀ ਜਾਤੇ ਉਹਨਾਂ ਨੇ, ਇੱਕੇ ਨਾਲ ਹੀ ਸਭ ਕੁਛ ਹੈ। ਹਾਂ ਪੁੱਤ, ਹੋਰ ਸਹੀ ਗੱਲ ਹੈ। ਤੇ ਹੋਰ ਭੈਣੇ, ਜ਼ਿਆਦਾ ਫਰਕ ਤਾਂ ਬੁੜੀਆਂ ਕਰਕੇ ਹੀ ਪੈਂਦਾ ਭਰਾਵਾਂ 'ਚ। ਆ ਦੇਖ ਲੈ ਲਾਡੀ, ਤੇਰੇ ਘਰ ਵਾਲੀ ਕਿੰਨੀ ਸਿਆਣੀ ਹੈ, ਇਹ ਤੈਨੂੰ ਹਾਲੇ ਵੀ ਸਮਝਾਉਂਦੀ ਹੈ। ਤਾਈ ਅੱਡ ਹੋਣ 'ਚ ਕੀ ਫਾਇਦਾ, ਤੂੰ ਦੱਸ ਦੇ ਮੈਨੂੰ। ਉਹੀ ਤਾਂ ਗੱਲ ਮੈਂ ਕਹੀ ਜਾਂਦੀ ਹਾਂ ਪੁੱਤ। ਮੇਰੀ ਗੱਲ ਸੁਣ ਤਾਈ, ਮੈਂ ਇੱਥੇ ਇਹਨਾਂ ਨੂੰ ਪੈਸੇ ਲਾਉਣ ਨੂੰ, ਚਾਹ ਗੁੜ ਦਾ ਸਮਾਨ ਲਿਆਉਣਾ, ਲਿਆ ਦੇ ਲਾਡੀ ਸਮਾਨ, ਕੋਈ ਦਵਾਈ ਬੂਟੀ ਲਿਆਉਣੀ ਹੈ ਬੇਬੇ ਦੀ, ਲਿਆ ਦੇ ਲਾਡੀ ਦਵਾਈ, ਹਰੇਕ ਥਾਂ ਤੇ ਮੈਂ ਹੀ ਪੈਸੇ ਲਾਉਣ ਨੂੰ ਥਾ ਇਹਨਾਂ ਨੂੰ। ਕੋਈ ਗੱਲ ਨੀ, ਹੋ ਲੈਣ ਦੇ ਮੈਨੂੰ ਅੱਡ। ਕੋਈ ਗੱਲ ਨੀ ਬਾਈ, ਜੇ ਤੇਰੀ ਅੱਡ ਹੋਣ ਦੀ ਇੱਛਾ ਨਾ, ਤੂੰ ਹੋ ਜਾ ਅੱਡ। ਭੈਣੇ ਮੈਨੂੰ ਐਂ ਦੱਸ, ਕੁਛ ਮਿਲ ਜੂਗਾ ਆਪਾਂ ਨੂੰ ਅੱਡ ਹੋ ਕੇ? ਆਪਾਂ ਸਾਰੇ ਇਕੱਠੇ ਹੈਗੇ ਆਂਗੇ, ਕਿੰਨੇ ਪਿਆਰ ਨਾਲ ਰਹਿਣੇ ਇੱਕ ਦੂਜੇ ਨਾਲ, ਇਕੱਠ ਵਰਗੀ ਰੀਸ ਆ ਕਿਤੇ। ਉਹੀ ਤਾਂ ਗੱਲ ਹੈ ਮਨਦੀਪ, ਮਾੜਾ ਮੋਟਾ ਦਿਮਾਗ ਤੋਂ ਕੰਮ ਲੈ ਲੈ। ਆਹ ਦੇਖ ਲੈ ਜਸਪ੍ਰੀਤ ਦੀ ਕਿੱਡੀ ਉੱਚੀ ਸੋਚ ਹੈ। ਇਹਦੀ ਤਾਂ ਬਥੇਰੀ ਉੱਚੀ ਸੋਚ ਹੈ ਭੈਣੇ, ਪਰਮਾਤਮਾ ਨੇ ਬਥੇਰੀ ਸਿਆਣਪ ਦਿੱਤੀ ਹੈ ਇਹਨੂੰ। ਉਹੀ ਤਾਂ ਗੱਲ ਹੈ ਭੈਣੇ, ਆ ਜਸਪ੍ਰੀਤ ਨੂੰ ਦੇਖ ਲੈ ਕਿੰਨਾ ਦੁੱਖ ਹੈ, ਆ ਮਨਦੀਪ ਤਾਂ ਆਪ ਲਾਡੀ ਵਰਗੀ ਹੋ ਗਈ। ਇਹਨੇ ਤਾਂ ਹੋਣੀ ਸੀ ਲਾਡੀ ਵਰਗੀ, ਇਹ ਤਾਂ ਆਪ ਚਾਹੁੰਦੀ ਹੋਊਗੀ ਵੀ ਘਰ 'ਚ ਬਣਵਾਰਾ ਹੋ ਜੇ। ਬਸ ਲੋਕਾਂ ਨੂੰ ਤਮਾਸ਼ਾ ਦਿਖਾਉਣਾ ਬੇਬੇ ਇਹਨਾਂ ਨੇ। ਉਹੀ ਤਾਂ ਗੱਲ ਹੈ ਪੁੱਤ। ਤਾਈ ਤੁਸੀਂ ਬਾਹਲੀਆਂ ਗੱਲਾਂ ਨਾ ਕਰੋ, ਸਾਡਾ ਨਵੇੜਾ ਕਰਾਓ ਛੇਤੀ। ਮੇਰੀ ਗੱਲ ਸੁਣ ਲਾਡੀ, ਕੰਮ ਤਾਂ ਤੁਹਾਡਾ ਪੁੱਤ ਨਿਬੜੇ ਪਿਆ, 6 ਕਿੱਲੇ ਵਾਹਣ ਦੇ ਨੇ ਤੁਹਾਡੇ ਕੋਲੇ, 3-3 ਕਿੱਲੇ ਕਰ ਲਓ। ਇਹ ਆਪਦਾ ਵਾਹਣ ਠੇਕੇ ਤੇ ਲਾ ਦਿਆ ਕਰੂਗੀ, ਜਦੋਂ ਤਰਸੇਮ ਆ ਗਿਆ
ਕਰੇ ਖੇਤੀ ਚਾਹੇ ਨਾ ਕਰੇ, ਉਹ ਭਾਈ ਇਹਨਾਂ ਦੀ ਮਰਜ਼ੀ ਆ। ਚੱਲ ਠੀਕ ਹੈ ਭਾਈ, ਇੱਕ ਇੱਕ ਘਰ ਹੈ ਆਪਣਾ ਲਾਡੀ, ਇੱਕ ਨਵਾਂ ਇੱਕ ਪੁਰਾਣਾ, ਹੁਣ ਤੁਸੀਂ ਇਹ ਦੇਖ ਲਓ ਵੀ ਕਿਹੜਾ ਕਿਹੜੇ ਨੇ ਰੱਖਣਾ। ਚੱਲ ਅਸੀਂ ਨਵਾਂ ਰੱਖ ਲਾਂਗੇ, ਹੋਰ ਕੀ ਹੈ, ਤੂੰ ਪੁਰਾਣਾ ਰੱਖ ਲਈ ਭਾਈ। ਚੱਲ ਮਨਦੀਪ ਤੁਸੀਂ ਪੁਰਾਣਾ ਰੱਖ ਲਿਓ ਪੁੱਤ, ਇਹਨਾਂ ਨੂੰ ਰੱਖ ਲੈਣ ਦੇ ਨਵਾਂ। ਕੋਈ ਗੱਲ ਨੀ ਤਾਈ, ਰੱਖ ਲੈਣ ਦੇ ਇਹਨਾਂ ਨੂੰ ਨਵਾਂ। ਭਾਈ ਰਹਿ ਗਈ ਗੱਲ ਹੁਣ ਛੋਟੀ ਬੇਬੇ ਦੀ, ਤੂੰ ਦੱਸ ਭੈਣੇ ਹੁਣ ਕਿਹਦੇ ਨਾਲ ਲੜੇਗੀ। ਮੈਂ ਤਾਂ ਭੈਣੇ ਜਸਪ੍ਰੀਤ ਨਾਲ ਹੀ ਰਹੂੰਗੀ, ਇਹ ਸਿਆਣੀ ਹੈ ਵਿਚਾਰੀ, ਸਿਆਣ ਬਹੁਤ ਹੈ ਇਹਦੇ ਚ, ਇਹਨਾਂ ਨਾਲ ਹੀ ਲੋਟ ਆਊਗੀ ਨਾ ਤਾਂ। ਚੱਲ ਕੋਈ ਗੱਲ ਨੀ ਬੇਬੇ, ਤੂੰ ਇਹਦੇ ਨਾਲ ਹੀ ਰਹਿ, ਇਹ ਤਾਂ ਆਪੇ ਸਿਆਣੀ ਆ, ਜਦੋਂ ਮਿੱਠੀ ਰਹਿੰਦੀ ਸਾਰਿਆਂ ਨਾਲ। ਮੈਂ ਬੜਬੋਲੀ ਆ, ਮੈਂ ਮੂੰਹ ਤੇ ਗੱਲ ਕਹਿ ਦਿੰਦੀ ਹਾਂ, ਤਾਂ ਕਰਕੇ ਬੇਬੇ ਮੈਂ ਮਾੜੀ ਬਣ ਗਈ। ਤੂੰ ਮੇਰੀ ਗੱਲ ਸੁਣ ਲਾ ਤਾਈ ਧਿਆਨ ਨਾਲ, ਤੁਸੀਂ ਇਹਨੂੰ ਸਿਆਣੀ ਸਮਝਦੇ ਹੋ, ਇਹ ਮੀਣੀ ਆ, ਇਹ ਮੀਣੀ, ਸਾਰੀਆਂ ਉਂਗਲਾਂ ਲਾਡੀ ਨੂੰ ਨਾ ਏਸੇ ਨੇ ਲਾਈਆਂ ਨੇ, ਹੁਣ ਸੱਚੀ ਬਣੀ ਬੈਠੀ ਹੈ ਇਹ। ਮੈਨੂੰ ਕਿਹੜਾ ਤਾਈ ਪਤਾ ਨੀ ਲੱਗਦਾ, ਇਹ ਗੱਲ ਹੀ ਇਸ ਹਿਸਾਬ ਨਾਲ ਕਰਦੀ ਆ, ਅਗਲੇ ਨੂੰ ਪਤਾ ਹੀ ਨੀ ਲੱਗਦਾ ਵੀ ਇਹਨੇ ਮੈਨੂੰ ਉਂਗਲ ਲਾਈ ਆ। ਇਹ ਕਈਆਂ ਗੱਲਾਂ ਕਰੀ ਜਾਂਦੀਆਂ ਤੂੰ? ਹਾਂ ਹਾਂ ਬੇਬੇ, ਮੈਂ ਸੱਚੀਆਂ ਗੱਲਾਂ ਕਰਦੀ ਹਾਂ, ਲਾਡੀ ਤਾਂ ਇਹੋ ਜਿਹਾ ਹੈ ਹੀ ਨਹੀਂ ਸੀ, ਇਹਨੇ ਕਦੇ ਹਿਸਾਬ ਕਿਤਾਬ ਬਾਰੇ ਸੋਚਿਆ ਹੀ ਨਹੀਂ ਸੀ, ਏਸੇ ਨੇ ਉਂਗਲਾਂ ਲਾ ਲਾ ਕੇ ਲਾਡੀ ਦਾ ਦਿਮਾਗ ਖਰਾਬ ਕੀਤਾ। ਆਪਣੇ ਨਾਲ ਤਾਂ ਇਹ ਬੇਬੇ ਮਿੱਠੀ ਰਹਿੰਦੀ ਆ, ਮੈਨੂੰ ਤਾਂ ਸ਼ੁਰੂ ਤੋਂ ਪਤਾ ਸੀ ਇਹ ਮੀਸਣੀ ਆ, ਮੀਸਣੀ। ਬੇਬੇ ਤੂੰ ਇਹਨੂੰ ਹਰੇਕ ਜਗ੍ਹਾ ਤੇ ਸਰਾਉਂਦੀ ਸੀ ਨਾ, ਮੈਨੂੰ ਭੰਡਦੀ ਸੀ, ਮੈਂ ਤਾਂ ਵੀ ਚੁੱਪ ਰਹੀ, ਪਰ ਮੈਨੂੰ ਅੱਜ ਬੇਬੇ ਬੋਲਣਾ ਪਿਆ। ਮੇਰੀ ਗੱਲ ਸੁਣ ਲਾਡੀ ਬਾਈ, ਤੂੰ ਆਪਦੇ ਦਿਲ ਤੇ ਹੱਥ ਰੱਖ ਕੇ ਕਹਿ ਵੀ ਤੈਨੂੰ ਇਹਨੇ ਉਂਗਲਾਂ ਲਾਈਆਂ ਜਾਂ ਨਹੀਂ ਲਾਈਆਂ। ਇੱਕ ਪਾਸੇ ਤਾਂ ਇਹ ਤੈਨੂੰ ਭੜਕਾਈ ਜਾਂਦੀ ਆ, ਉੱਪਰੋਂ ਉੱਪਰੋਂ ਕਰੀ ਜਾਂਦੀ ਆ, ਅੱਡ ਹੋਣ 'ਚ ਕੀ ਫਾਇਦਾ, ਅੱਡ ਹੋਣ 'ਚ ਕੀ ਫਾਇਦਾ। ਨਾ ਮੈਂ ਇਹਨੂੰ ਕੀ ਭੜਕਾਇਆ ਐਵੇਂ ਮਾਰੀ ਇੰਨੀ ਤੂੰ? ਤੂੰ ਮੈਨੂੰ ਐ ਦੱਸ, ਤੂੰ 6 ਕਿੱਲਿਆਂ ਦੀ ਵਾਹੀ ਕਰਦਾ ਸੀ ਲਾਡੀ, ਮੈਂ ਤੇਰੇ ਤੋਂ ਕਦੇ ਫਸਲ ਦੇ ਪੈਸੇ ਮੰਗੇ ਆ? ਨਾਲੇ ਬੇਬੇ ਨੂੰ ਪੁੱਛ ਕੇ ਦੇਖ ਵੀ ਬੇਬੇ ਦੇ ਖਾਤੇ 'ਚ ਤਰਸੇਮ ਪੈਸੇ ਜਮ੍ਹਾਂ ਕਰਾਉਂਦਾ ਕਿ ਨਹੀਂ। ਨਾਲੇ ਬੇਬੇ ਨੂੰ ਉਹਨੇ ਕਿਹਾ ਹੋਇਆ ਵੀ ਜੇ ਘਰ ਦੀ ਕਬੀਲਦਾਰ 'ਚ ਪੈਸਿਆਂ ਦੀ ਲੋੜ ਪੈਂਦੀ ਹੈ ਤੁਸੀਂ ਘਰੇ ਪੈਸੇ ਖਰਚ ਲਿਓ। ਨਾ ਫਿਰ ਵਰਤੇ ਨੀ, ਮੇਰੀ ਗੱਲ ਸੁਣ ਲਾਡੀ, ਜਦੋਂ ਪੁਰਾਣੇ ਕਮਰੇ ਦੀ ਆਪਾਂ ਨੇ ਮੁਰੰਮਤ ਕਰਾਈ ਹੈ, ਉਦੋਂ ਮੈਂ ਤੇਰੇ ਤੋਂ ਪੈਸੇ ਮੰਗੇ ਆ? ਲਾਏ ਨੀ, ਸਾਰੇ ਪੈਸੇ ਮੈਂ ਕਢਾ ਕੇ ਲਿਆਉਂਦੀ ਰਹੀ ਹਾਂ। ਨਹੀਂ ਮੰਗੇ ਸੀ ਬੇਬੇ, ਖਰਚਾ ਸਾਰਾ ਤੂੰ ਹੀ ਕੀਤਾ, ਰੋਲਾ ਤਾਂ ਸਿਰਫ ਇਸ ਗੱਲ ਦਾ ਆ ਵੀ ਜਸਪ੍ਰੀਤ ਨੇ ਉਂਗਲਾਂ ਲਾਈਆਂ ਨੇ ਲਾਡੀ ਨੂੰ। ਸੌਂਹ ਖਾ ਕੇ ਕਹਿ ਲਾਡੀ, ਤੈਨੂੰ ਇਹਨੇ ਉਂਗਲਾਂ ਲਾਈਆਂ ਜਾਂ ਨਹੀਂ ਲਾਈਆਂ, ਸਾਡੇ ਵਿਰੁੱਧ ਭੜਕਾਇਆ ਜਾਂ ਨਹੀਂ ਭੜਕਾਇਆ ਨੇ, ਇਹਨੇ ਕਿਸੇ ਤਰੀਕੇ ਨਾਲ ਹੀ ਭੜਕਾਇਆ ਹੋਣਾ ਬਾਈ ਤੈਨੂੰ ਸਾਡੇ ਵਿਰੁੱਧ। ਬਹਿ ਜਾ ਨੀ, ਬਹਿ ਜਾ ਟਿਕ ਕੇ ਤੂੰ, ਤਾਈ ਮੇਰੀ ਗੱਲ ਸੁਣ, ਤੁਸੀਂ ਵੰਡ ਕਰਤੀ, ਠੀਕ ਆ ਬਸ, ਜਿਵੇਂ ਇਹ ਚੱਲਦੀ ਉਵੇਂ ਸਹੀ। ਚਲੋ ਭਾਈ ਫਿਰ ਠੀਕ ਹੈ, ਜਿਵੇਂ ਹੋ ਗਿਆ ਤੁਹਾਡਾ ਬੰਟਵਾਰਾ ਵਧੀਆ ਹੋ ਗਿਆ, ਠੀਕ ਹੈ। ਲੈ ਬਈ ਮੈਂ ਵੀ ਰੱਖ ਜੇ ਬਾਰੇ ਮੱਝਾਂ ਨੂੰ ਕਿੱਥੇ ਪਾ ਲੈ। ਇਹਨਾਂ ਨੇ ਤਾਂ ਅੱਡ ਹੋਣ ਵਾਲਾ ਹੋਊਗਾ ਚੱਕ ਰੱਖਿਆ ਯਾਰ, ਮੈਨੂੰ ਤਾਂ ਹੁਣ ਦੋਨਾਂ ਪਾਸੇ ਕਰਨਾ ਪਊਗਾ। ਹੈਂ, ਤਰਸੇਮ ਬਾਈ ਤੂੰ ਬਾਹਰ ਹੈ, ਜੇ ਲਾਡੀ ਬਾਈ ਦਾ ਨਹੀਂ ਕਰਦਾ ਤਾਂ ਇਹ ਰੁੱਸਦਾ, ਜੇ ਉਹਦਾ ਨਹੀਂ ਕਰਦਾ ਉਹ ਰੁੱਸਦਾ। ਚੱਲ ਆਪਾਂ ਨੂੰ ਤਾਂ ਦੋਨਾਂ ਦੀ ਪੱਖ ਰੱਖਣਾ ਪਊ। ਲੈ 2:30 ਵੱਜ ਗਏ, ਅੱਜ ਚਾਹ ਵੀ ਨਹੀਂ ਬਣਾਈ, ਨਾਲੇ ਮੈਂ ਦੁਪਹਿਰੇ ਵਾਲੀ ਦਵਾਈ ਲੈਣੀ ਹੈ। ਨਹੀਂ ਜਸਪ੍ਰੀਤ, ਜਸਪ੍ਰੀਤ ਅੰਦਰ ਹੀ ਪਤਾ ਨਹੀਂ ਕੀ ਕਰੀ ਜਾਂਦੀ ਹੈ, ਅੱਗੇ ਇੱਕ ਆਵਾਜ਼ ਮਾਰੇ ਤੋਂ ਭੱਜੀ ਆਉਂਦੀ। ਨਹੀਂ ਜਸਪ੍ਰੀਤ ਬੋਲਦੀ ਵੀ ਨਹੀਂ ਹੈਗੀ, ਕੀ ਕਰਨ ਲੱਗ ਗਈ ਲੈ ਉਹ। ਜਸਪ੍ਰੀਤ ਮੈਂ ਤੈਨੂੰ ਇੰਨੀਆਂ ਆਵਾਜ਼ਾਂ ਮਾਰੀਆਂ ਤਾਂ ਸੁਣੀ ਨਹੀਂ ਹੈਗਾ। ਅੱਛਾ ਬੇਬੇ, ਮੈਨੂੰ ਤਾਂ ਸੁਣਿਆ ਨੀ, ਕੀ ਕੰਮ ਸੀ? ਪੁੱਤ ਚਾਹ ਨੀ ਬਣਾਈ ਅੱਜ? ਚਾਹ ਬਣਾ ਲੈਂਦੀ, ਨਾਲੇ ਮੈਂ ਦਵਾਈ ਲੈਣੀ ਸੀ, ਮੇਰੀ ਦਵਾਈ ਵੀ ਇੱਕੋ ਹੀ ਖੁਰਾਕ ਰਹਿੰਦੀ ਹੈ, ਲਾਡੀ ਨੂੰ ਕਹਿੰਦੀ ਨਾਲੇ ਮੇਰੀ ਦਵਾਈ ਲਿਆ ਦੂਗਾ। ਬੇਬੇ ਇੱਕ ਦੋ ਦਿਨ ਸਾਰ ਲਾ, ਉਹਨੂੰ ਖੇਤ ਵਾਲਾ ਕੰਮ ਹੈਗਾ, ਟਾਈਮ ਨੀ ਹੈਗਾ ਦਵਾਈ ਲਿਆਉਣ ਦਾ ਉਹਦੇ ਕੋਲੇ। ਕੁੜਾ ਇੱਕ ਦੋ ਦਿਨ, ਮੈਨੂੰ ਤਾਂ ਇੱਕ ਡੰਗ ਦੀ ਦਵਾਈ ਵੀ ਨਾ ਨੀ ਸਰਦਾ ਹੈਗਾ, ਦਵਾਈ ਤਾਂ ਭਾਈ ਮੈਨੂੰ ਮੰਗਾ ਦੇ। ਲੈ ਕਮਾਲ ਕਰੀ ਜਾਂਦੀ ਆ ਬੇਬੇ, ਲਾਡੀ ਵਿਚਾਰਾ ਇਕੱਲਾ ਕਿੱਧਰ ਕਿੱਧਰ ਹੋਊਗਾ,
ਨਾਲੇ ਹਲੇ ਹੱਥ ਚ ਪੈਸਾ ਵੀ ਹੈ ਨੀ ਕੋਈ, ਦੁੱਧ ਵਾਲੇ ਨੇ ਦਿੱਤੇ ਨੀ। ਕਿੰਨੀ ਮਹਿੰਗੀ ਤੇਰੀ ਦਵਾਈ ਆਉਂਦੀ ਆ। ਲੈ ਕੁੜੇ, ਅੱਗੇ ਵੀ ਤਾਂ ਆਹੀ ਰੇਟ ਆਉਂਦੀ ਸੀ ਦਵਾਈ, ਹੁਣ ਕੀ ਕੋਈ ਜ਼ਿਆਦਾ ਮਹਿੰਗੀ ਹੋ ਗਈ? ਤੂੰ ਤਾਂ ਹੁਣ ਮੇਰੀ ਦਵਾਈ ਹੋਈ ਗਿਣਨ ਲੱਗ ਗਈ। ਲੈ ਕੁੜੇ, ਪਹਿਲਾਂ ਤਾਂ ਤੂੰ ਮੈਨੂੰ ਕਹਿੰਦੀ ਹੁੰਦੀ ਆ ਕਿ ਦਵਾਈ ਗਰਮ ਹੁੰਦੀ ਆ, ਦੁੱਧ ਪੀਆ ਕਰ। ਕਦੇ ਤੂੰ ਮੈਨੂੰ ਕਹਿ ਦਿੰਦੀ ਸੇਬ ਕੱਟ ਕੇ ਲਿਆਵਾਂ। ਕੁੜੇ ਹੁਣ ਕੀ ਹੋ ਗਿਆ, ਹੁਣ ਮੇਰੀ ਦਵਾਈ ਤੋਂ ਵੀ ਭੱਜ ਦਿਓ ਕੁੜੇ? ਲੈ ਬੇਬੇ, ਭੱਜਣ ਵਾਲੀ ਕਿਹੜੀ ਗੱਲ ਆ, ਹੁਣ ਨਵੇਂ ਨਵੇਂ ਅੱਡ ਹੋਏ ਆ, ਕਬੀਲਦਾਰੀ ਹੌਲੀ ਹੌਲੀ ਸੈੱਟ ਹੋਊਗੀ। ਲੈ ਕੁੜੇ, ਮੈਂ ਦਵਾਈ ਜੋਕਰੀ ਵੀ ਨੀ ਹੈਗੀ, ਐਂ ਕਿ ਭੁੱਕੀ ਫੀਮ ਤਾਂ ਨੀ, ਵੀ ਮਹਿੰਗੀ ਵਾਲੀ ਆਉਂਦੀ ਹੈ। ਇੰਨਾ ਜੋਕਰਾ ਤਾਂ ਬੰਦਾ ਕੰਮ ਵੀ ਕਰ ਦਿੰਦਾ ਮਾੜਾ ਮੋਟਾ, ਕੋਈ ਲੀੜੇ ਦੀ ਤਾਂ ਮਾਰਤੀ, ਕੋਈ ਗੋਹਾ ਟਾਤਾ, ਮੈਂ ਕਿਹੜਾ ਪੁੱਤ ਵਿਹਲੀ ਬਹਿ ਕੇ ਖਾਂਦੀ ਆ। ਤੁਹਾਡੇ ਦੋਨੇ ਭਰਾਵਾਂ ਚ ਮੈਂ ਤਿੰਨ ਤਿੰਨ ਕਿੱਲੇ ਵੰਡਤੇ, ਮੈਂ ਤਾਂ ਕੁਛ ਲਿਆ ਵੀ ਨੀ। ਜੇ ਮੈਂ ਜ਼ਮੀਨ ਚੋਂ ਹਿੱਸਾ ਲੈਂਦੀ, ਕਿੱਲਾ ਇਧਰੋਂ ਆਉਂਦਾ, ਕਿੱਲਾ ਉਧਰੋਂ ਆਉਂਦਾ, 2 ਕਿੱਲੇ ਆਉਂਦੇ, ਫੇਰ ਭਾਵਾਂ ਮੈਂ ਬਦਾਮ ਵੀ ਚੱਬ ਲੈਂਦੀ। ਲੈ ਬੇਬੇ, ਕਿਹੋ ਜਿਹੀਆਂ ਗੱਲਾਂ ਕਰਦੀਆਂ, ਤੂੰ ਰੱਖ ਲੈਂਦੀ, ਉਹਦੇ ਵਿੱਚ ਹੀ ਬੈਠੀ ਸੀ, ਤੈਨੂੰ ਕਿਹੜਾ ਕਿਸੇ ਨੇ ਕਿਹਾ ਸੀ ਵੀ ਅਸੀਂ ਜ਼ਮੀਨ ਨੀ ਦਿੰਦੇ? ਨਾ ਬੇਬੇ, ਤੂੰ ਮੈਨੂੰ ਤਾਂ ਕਹੀ ਜਾਂਦੀ, ਉਹ ਤੋਂ ਵੀ ਲੈ ਕੇ ਦਿਖਾ ਫੇਰ। ਹਾਜੇ ਤਾਂ ਪੁੱਤ ਟਾਈਮ ਕੁਛ ਵੀ ਨੀ ਹੋਇਆ, ਮੈਨੂੰ ਨੀ ਸੀ ਪਤਾ ਵੀ ਤੂੰ ਕੋਲ ਕਿੱਲੇ ਵਾਂਗੂ ਰੰਗ ਬਦਲ ਲੈਂਗੀ। ਜੇ ਬੇਬੇ ਤੈਨੂੰ ਹਾਂ ਲੱਗਦਾ ਨਾ ਵੀ ਬਦਲ ਗਈ ਤਾਂ ਬਦਲ ਗਈ ਸਹੀ। ਲੈ ਕੋਈ ਟਾਈਮ ਤੇ ਦਵਾਈ ਨੀ, ਕੋਈ ਚਾਹ ਪਾਣੀ ਨੀ, ਕੋਈ ਰੋਟੀ ਟੁੱਕਣੀ, ਹੈ ਆਏ ਨੀ ਭਾਈ ਮੇਰਾ ਉਰੇ ਨਰਵਾਹ ਹੋਣਾ, ਮੈਂ ਤਾਂ ਫਿਰ ਮਨਦੀਪ ਕਨੀਓ ਜਾਂਦੀ ਆ। ਚੱਲ ਕੋਈ ਗੱਲ ਨੀ ਬੇਬੇ, ਉਹ ਕਿਹੜਾ ਬਗਾਨੀ, ਉਹ ਵੀ ਤੇਰੀ ਨੂੰਹ ਹੀ ਆ, ਉਹ ਤੋਂ ਵੀ ਰੋਟੀ ਖਾ ਕੇ ਦੇਖ ਲੈ ਤੂੰ। ਚੱਲ ਕੋਈ ਗੱਲ ਨੀ, ਠੀਕ ਹੈ, ਤੁਸੀਂ ਤਾਂ ਦੇਤੇ ਪੂੜੇ। ਕੋਈ ਨੀ ਫਿਰ ਬੇਬੇ, ਉਸੇ ਵਾਲੇ ਪੂੜੇ ਹੀ ਖਾ ਲਈ, ਜੇ ਤੈਨੂੰ ਟਾਈਮ ਤੇ ਲੰਗਰ ਲਾ ਕੇ ਦੇ ਦਿਆ ਕਰੂਗੀ। ਲੈ ਕੁੜੇ, ਮੈਂ ਤਾਂ ਇਹਨੂੰ ਚੰਗਾ ਸਮਝਦੀ ਸੀ, ਮਨਦੀਪ ਨੂੰ ਸੌਂਗਾ ਮੈਂ ਇਹੋ ਜਿਹੇ ਬਰਿਆਈਆਂ ਕਰਦੀ ਤੀ, ਇਹਦੀਆਂ ਮੈਂ ਤਰੀਫਾਂ ਕਰਦੀ ਤੀ, ਕਦੇ ਨੀ ਨਿੰਦੀ ਤੀ, ਲੈ ਦੇ ਤਾਂ ਨਿਆਮ ਦਾ ਟਿੱਕਾ। ਸਹੀ ਗੱਲ ਹੈ ਮਨਦੀਪ ਦੀ, ਸੱਚੀ ਗੱਲ ਕਹਿੰਦੀ ਤੀ ਉਹ ਵੀ। ਕੋਈ ਗੱਲ ਨੀ ਬੇਬੇ, ਤੈਨੂੰ ਲੱਗ ਜੂ ਪਤਾ, ਆਹ ਲੱਗ ਗਿਆ ਪਤਾ, ਥੋੜੇ ਦਿਨਾਂ ਚ ਹੀ ਲੱਗ ਗਿਆ, ਨਾਲੇ ਜਾਨੀ ਆ ਮੈਂ ਤਾਂ ਉਧਰ ਹੀ ਜਾਨੀ ਆ, ਉਹੀ ਲਾਊ ਲਵੇ ਮੈਨੂੰ ਤਾਂ। ਲੈ ਵੀਰ ਜਾਨੀ ਆ, ਮੈਂ ਤਾਂ ਚੱਕੇ ਆਪਦੇ 2 ਕੱਪੜੇ। ਕੋਈ ਗੱਲ ਨੀ ਬੇਬੇ, ਕੱਪੜੇ ਚੱਕਣ ਦੀ ਖੇਚਲ ਨਾ ਕਰ, ਮੈਂ ਆਪੀ ਪਹੁੰਚਾ ਦੂੰ। ਅੱਛਾ, ਫਿਰ ਤਾਂ ਬਾਹਰ ਗਈ ਅੱਕੀ ਪਈਆਂ ਕੁੜੇ। ਲੈ ਵੀਰ, ਮੈਂ ਤਾਂ ਲੈ ਗਈ ਆਪਦੇ ਕੱਪੜੇ, ਐਵੇਂ ਨਾ ਖੇਚਲ ਕਰੋ, ਉੱਥੇ ਨਰਵਾਹ ਹੋਊਗਾ ਮੇਰਾ ਤਾਂ ਉਸੇ ਨਾਲ ਹੀ। ਬਾਗੀ ਪਰੇ ਖੜਾ ਛੁੱਟਿਆ, ਸਾਰਾ ਦਿਨ ਤਪਾਈ ਰੱਖਦੀ ਸੀ, ਲਾਡੀ ਵੀ ਆਉਣ ਵਾਲਾ ਹੋਊਗਾ, ਲਾਡੀ ਆ ਕੇ ਪੁੱਛੂਗਾ ਬੇਬੇ ਕਿੱਧਰ ਗਈ, ਫਿਰ ਕੀ ਕਹੂੰ ਮੈਂ, ਫਿਰ ਐਂ ਕਹਿ ਦੂੰਗੀ ਵੀ ਬੇਬੇ ਦਾ ਜੀ ਜਾ ਨੀ ਲੱਗਿਆ ਤਾਂ ਵੱਗ ਗਈ ਉੱਧਰ। ਹਾਂ ਹੀ ਲੋਟ ਆਊ, ਉਹ ਕਿਹੜਾ ਪੁੱਛਣ ਜਾਂਦਾ ਉੱਧਰ। ਕੰਮ ਦਾ ਯਾਰ ਗਲਤ ਹੋ ਗਿਆ, ਗਰਮੀ ਵਾਲੀ ਖੁਰੀ ਆ ਬਾਈ। ਕਿਵੇਂ, ਕਿੰਨਾ ਕੁ ਰਹਿ ਗਿਆ ਕੁਲਦੀਪ? ਬਸ ਮੱਥਾ ਜਿਹਾ ਰਹਿ ਗਿਆ ਬਾਈ। ਅੱਛਾ, ਪਾਣੀ ਪੀਣ ਆਇਆ ਸੀਗਾ, ਬਸ ਘੱਟ ਦੂੰਗਾ। ਲਾਡੀ ਉਦਾਸ ਜਾ ਕਿਵੇਂ ਲੱਗਦਾ ਬਾਈ? ਮੈਂ ਤਾਂ ਕੁਲਦੀਪ ਐਂ ਸੋਚਦਾ ਸੀ, ਆਪਣੇ ਘਰ ਚ ਬਟਵਾਰਾ ਵੀ ਹੋ ਗਿਆ, ਅੱਡ ਵੀ ਹੋ ਗਏ ਅਸੀਂ, ਬੇਬੇ ਵੀ ਉਧਰ ਬਾਗੀ, ਹੁਣ ਥੋੜੇ ਦਿਨ ਰਹੀ ਸਾਡੇ ਕੋਲੇ ਭਾਬੀ ਕੰਨੀ ਬਾਗੀ। ਬੇਬੇ ਕਹਿੰਦੀ ਮੈਂ ਤਾਂ ਮਨਦੀਪ ਕੰਨੀ ਜਾਨੀ ਆ, ਉਧਰ ਹੀ ਰਹੂ ਮੈਂ ਤਾਂ, ਕਹਿੰਦੀ ਮਨਦੀਪ ਸਹੀ ਸੀ। ਉਹ ਤਾਂ ਬਾਈ ਤੇਰੀ ਗੱਲ ਠੀਕ ਹੈ, ਮੈਂ ਤਾਂ ਲਾਡੀ ਬਾਈ ਤੈਨੂੰ ਐਂ ਸਮਝਾਉਂਦਾ ਸੀ ਵੀ ਯਾਰ ਤੂੰ ਐਵੇਂ ਅੱਡ ਹੋ ਗਿਆ, ਕਿੱਥੇ ਤੂੰ 6 ਕਿੱਲਿਆਂ ਦੀ ਵਾਹੀ ਕਰਦਾ ਸੀ, ਦੇਖ ਤਰਸੇਮ ਬਾਈ ਨੇ ਤੈਨੂੰ ਕਦੇ ਪੁੱਛਿਆ ਸੀ ਹਿਸਾਬ ਕਿਤਾਬ ਕੀ ਹੈ, ਹੁਣ ਤੂੰ 3 ਕਿੱਲੇ ਜੋਗਰੀ ਰਹਿ ਗਿਆ ਕਿ ਨਹੀਂ? ਸਹੀ ਗੱਲ ਆ ਬਈ ਤੇਰੀ, ਇਹ ਸਾਰੇ ਸਿਆਪੇ ਮੇਰੇ ਘਰ ਵਾਲੀ ਦੀ ਪਾਏ ਹੋਏ ਨੇ, ਪਹਿਲਾਂ ਮੈਨੂੰ ਜਾਣ ਕੇ ਭੜਕਾ ਦਿੰਦੀ, ਬਾਅਦ ਚ ਆਪ ਸੱਚੀ ਹੋ ਜਾਂਦੀ। ਬਾਕੀ ਭਾਬੀ ਦੀ ਸਹੀ ਗੱਲ ਸੀ, ਮੀਸਣੀ ਨਿਕਲੀ ਜਸਪ੍ਰੀਤ ਬਹੁਤ ਜ਼ਿਆਦੇ। ਸਹੀ ਗੱਲ ਆ ਬਈ ਤੇਰੀ,
ਮੇਰੀ ਗੱਲ ਦਾ ਗੁੱਸਾ ਤਾਂ ਨਹੀਂ ਕਰਦਾ ਤੈਨੂੰ, ਇੱਕ ਗੱਲ ਕਹਾਂ, ਮੈਨੂੰ ਨਾ ਗਰਮੇਲੋ ਤਾਈ ਮਿਲੀ ਸੀ, ਉਹ ਮੈਨੂੰ ਦੱਸਦੀ ਤੀ, ਕਹਿੰਦੀ ਇਹ ਸਾਰਾ ਪਵਾੜਾ ਕਹਿੰਦੀ ਲਾਡੀ ਦੇ ਘਰ ਵਾਲੀ ਦਾ ਪਵਾਇਆ ਹੋਇਆ, ਕਹਿੰਦੀ ਮੈਂ ਤਾਂ ਉਹਨੂੰ ਸਿਆਣੀ ਸਮਝਦੀ ਤੀ, ਕਹਿੰਦੀ ਉਹ ਤਾਂ ਬਹੁਤ ਮੀਸ਼ਨੀ ਨੂੰ ਨਿਕਲੀ ਕਹਿੰਦੀ ਛਿੰਦਰ ਦੀ। ਬਸ ਪੁੱਛਣਾ ਯਾਰ ਕੁਲਦੀਪ, ਫੁੱਟ ਪਵਾ ਕੇ ਰੱਖਤੀ ਭਰਾਵਾਂ ਚ। ਮੈਂ ਤਾਂ ਬਾਈ ਤੈਨੂੰ ਐਂ ਕਹਿਣਾ, ਹਜੇ ਵੀ ਡੁੱਲੇ ਵੇਰਾਂ ਦਾ ਕੁਛ ਨਹੀਂ ਹੋਇਆ, ਚੱਕ ਕੇ ਝੋਲੀ ਚ ਪਾ ਲਾ, ਠੀਕ ਹੈ, ਮਾਫੀ ਮੰਗ ਲਓ ਦੋਨੇ ਜੀ ਜਾ ਕੇ ਮਨਦੀਪ ਤੋਂ, ਕਿਉਂ ਤੇਰੇ ਨਾਲ ਤਰਸੇਮ ਵੀ ਨਹੀਂ ਕੋਈ ਫਰਕ ਰੱਖਦਾ ਬਾਈ, ਬਾਕੀ ਹੁਣ ਤੈਨੂੰ ਆਪੀ ਚਾਨਣ ਹੋ ਗਿਆ, ਜਸਪ੍ਰੀਤ ਨੀ ਕਰਿਆ ਜਿਹੜਾ ਕਰਿਆ ਮਾੜਾ ਮੋਟਾ, ਚੱਲ ਕੋਈ ਗੱਲ ਨੀ, ਗਲਤੀ ਹੋ ਜਾਂਦੀ ਹੈ ਬੰਦੇ ਤੋਂ, ਇਨਸਾਨ ਤੋਂ ਗਲਤੀਆਂ ਹੁੰਦੀਆਂ ਨੇ, ਇਨਸਾਨ ਗਲਤੀਆਂ ਦਾ ਪਤਲਾ ਹੁੰਦਾ, ਕੋਈ ਗੱਲ ਨੀ, ਵਧੀਆ ਇਕੱਠ ਚ ਤੁਹਾਡਾ ਵਧੀਆ ਨਿਰਵਾਹ ਹੋ ਜਾਂਦਾ ਹੈ। ਹੋਰ ਚੱਲ ਕੋਈ ਨਾ ਕੁਲਦੀਪ, ਦੇਖਦੇ ਹਾਂ ਫਿਰ। ਹਾਂ ਮੇਰੀ ਗੱਲ ਸੁਣ ਲੈ ਜਸਪ੍ਰੀਤ, ਚੁੱਪ ਕਰਕੇ ਮੇਰੇ ਨਾਲ ਤੁਰ ਪੈ, ਆਪਾਂ ਮਾਫੀ ਮੰਗੀਏ ਬੇਬੇ ਉਹਨਾਂ ਤੋਂ ਚੱਲ ਕੇ, ਸਾਰਾ ਕੀਤਾ ਕਰਾਇਆ ਤੇਰਾ ਹੀ ਹੈ, ਕੁਲਦੀਪ ਨੇ ਵੀ ਮੈਨੂੰ ਇਹੀ ਗੱਲ ਸਮਝਾਈ ਹੈ ਵੀ ਗਲਤੀ ਤੁਹਾਡੀ ਸੀ ਭਾਈ। ਮੈਂ ਕਿਤੇ ਨਹੀਂ ਜਾਣਾ ਹੈਗਾ, ਮੈਂ ਤੁਹਾਨੂੰ ਦੱਸਤੀ ਗੱਲ। ਮੇਰੀ ਗੱਲ ਸੁਣ ਲੈ ਕੰਨ ਖੋਲ ਕੇ, ਜੇ ਤੂੰ ਮੈਨੂੰ ਮੇਰੇ ਭਰਾ ਨਾਲ ਨਹੀਂ ਵਰਤਣ ਦਿੰਦੀ, ਵਰਤਣ ਮੈਂ ਵੀ ਨਹੀਂ ਦਿੰਦਾ ਤੈਨੂੰ ਤੇਰੇ ਭਰਾ ਨਾਲ, ਜੇ ਤੂੰ ਪੇਕੀ ਜਾਣ ਦਾ ਨਾਂ ਵੀ ਲਿਆ ਨਾ ਦੁਬਾਰੇ, ਮੈਂ ਤੇਰੀਆਂ ਲੱਤਾਂ ਵੜ ਦੂੰ। ਆਏ ਨਾ ਕਰੋ, ਮੇਰੇ ਪੇਕਿਆਂ ਤੋਂ ਕੀ ਗਲਤੀ ਹੋ ਗਈ, ਮੇਰੇ ਭਰਾ ਤੋਂ ਕੀ ਗਲਤੀ ਹੋ ਗਈ, ਫਿਰ ਚੱਲ ਮੇਰੇ ਨਾਲ ਤੁਰ, ਚੱਲ ਮਾਫੀ ਮੰਗ ਗਈ ਹੈ। ਚਲੋ ਠੀਕ ਹੈ ਫਿਰ, ਚੱਲ ਮੇਰੀ ਗੱਲ ਸੁਣ ਭੈਣੇ ਛਿੰਦਰੇ, ਇਹ ਜਵਾਕ ਮੈਨੂੰ ਬੁਲਾ ਕੇ ਲਿਆਏ ਨੇ, ਇਹਨਾਂ ਤੋਂ ਹੋ ਗਈ ਭੈਣੇ ਗਲਤੀ, ਇਹ ਆਪਦੀ ਗਲਤੀ ਦੇ ਬਹੁਤ ਹੀ ਸ਼ਰਮਿੰਦਾ ਹੋ ਰਹੇ ਨੇ, ਠੀਕ ਹੈ, ਹੁਣ ਇਹਨਾਂ ਨੂੰ ਭੈਣੇ ਤੁਸੀਂ ਮਾਫ ਕਰੋ। ਲੈ ਭੈਣੇ ਐਂ ਕਿਵੇਂ ਮਾਫ ਕਰ ਦਈਏ, ਕਦੇ ਮਰ ਜਾ ਚਿੜੀਆ ਕਦੇ ਜਿਉਂ ਜਾ ਚਿੜੀਆ, ਇਹ ਗੱਲ ਹੋ ਸਕਦੀ ਹੈ? ਹਾਂ ਤਾਈ, ਪਹਿਲਾਂ ਲਾਡੀ ਬਾਈ ਨੂੰ ਕਹਾਲ ਸੀਗੀ ਅੱਡ ਹੋਣ ਦੀ, ਹੁਣ ਅਸੀਂ ਅੱਡ ਹੋ ਗਏ ਆ, ਹੁਣ ਇਹ ਆਪਦੇ ਘਰੇ ਖਾਣ, ਅਸੀਂ ਆਪਦੇ ਘਰੇ ਖਾਈਏ, ਹੁਣ ਇਹਨਾਂ ਨੂੰ ਕਿਹੜੀ ਗੱਲ ਦਾ ਪਛਤਾਵਾ ਹੈ? ਕੋਈ ਗੱਲ ਨੀ ਭਾਬੀ, ਤੇਰੀ ਗੱਲ ਸਹੀ ਸੀ, ਇਹ ਮੀਸਣੀ ਨਿਕਲੀ, ਇਹਨੇ ਮੈਨੂੰ ਆਪਦੇ ਮਾਂਗਰ ਲਾ ਲਿਆ, ਮੈਂ ਇਹਦੀਆਂ ਗੱਲਾਂ ਚਾਹੁੰਦਾ ਰਿਹਾ, ਬੇਬੇ ਤੂੰ ਵੀ ਮੈਨੂੰ ਮਾਫ਼ ਕਰ ਦੇ, ਚੱਲ ਮਾਫ਼ੀ ਮੰਗ ਤੂੰ ਵੀ। ਬੇਬੇ ਮੈਨੂੰ ਮਾਫ਼ ਕਰ ਦੇ, ਮੇਥੋਂ ਗਲਤੀ ਹੋ ਗਈ, ਅੱਜ ਤੋਂ ਬਾਅਦ ਇਹੋ ਜਿਹੀ ਗਲਤੀ ਨਹੀਂ ਹੁੰਦੀ। ਦੱਸ ਮਨਦੀਪ ਕਿਵੇਂ ਕਰੀਏ ਪੁੱਤ? ਕਿਵੇਂ ਕਰਨਾ ਹੈ ਬੇਬੇ, ਜਦੋਂ ਹੁਣ ਇਹ ਨੀਵੇਂ ਹੋ ਕੇ ਆਪਣੇ ਘਰੇ ਹੀ ਆ ਗਏ, ਘਰੇ ਆਇਆ ਤਾਂ ਬੇਬੇ ਬੰਦਾ ਦੁਸ਼ਮਣ ਨੂੰ ਵੀ ਮਾਫ਼ ਕਰ ਦਿੰਦਾ, ਇਹ ਤਾਂ ਫਿਰ ਵੀ ਆਪਦੇ ਨੇ, ਹੁਣ ਮੰਨਣੀ ਤਾਂ ਪਊਗੀ ਇਹਨਾਂ ਦੀ। ਚੱਲ ਭਾਈ ਹੁਣ ਤੇਰੀ ਤਾਈ ਦੇ ਕਹਿਣ ਤੇ ਮਾਫ਼ ਕਰਤਾ ਸੋਨੂੰ, ਇਦੋਂ ਬਾਅਦ ਇਹੋ ਜਿਹੀ ਗਲਤੀ ਨਹੀਂ ਹੋਣੀ ਚਾਹੀਦੀ। ਨਾ ਨਾ ਬੇਬੇ, ਇਹੋ ਜਿਹੀ ਗਲਤੀ ਇਦੋਂ ਬਾਅਦ ਹੁੰਦੀ ਨੀ ਮੁੜਕੇ। ਬਸ ਭਾਈ ਦੇਖ ਹੁਣ ਤੇਰੀ ਬੇਬੇ ਦੀ ਗੱਲ ਸਹੀ ਹੈ, ਜਿਹੜੀ ਗੱਲ ਕਹੀ ਹੈ ਸੋਨੂੰ ਉਹੀ ਮੰਨਣੀ ਪਊ, ਮੈਂ ਇਦੋਂ ਪਿੱਛੋਂ ਤੁਹਾਡੇ ਰੋਲੇ ਚ ਮੈਂ ਨਹੀਂ ਆਉਂਦੀ ਹੈਗੀ। ਨਾ ਨਾ ਤਾਈ, ਇਹੋ ਜਿਹੀ ਗਲਤੀ ਕਰਦੀ ਨਹੀਂ ਅਸੀਂ ਮੁੜਕੇ, ਰੋਜ਼ ਰੋਜ਼ ਨਹੀਂ ਬਣਵਾਰੇ ਹੁੰਦੇ ਮੈਥੋਂ, ਹੁਣ ਆਪਦਾ ਰਲ ਮਿਲ ਕੇ ਰਹੋ, ਠੀਕ ਹੈ? ਠੀਕ ਹੈ, ਠੀਕ ਹੈ ਤਾਈ, ਹੁਣ ਨਹੀਂ ਕਰਦੇ ਗਲਤੀ। ਬਸ ਪੁੱਤ ਸ਼ਾਬਾਸ਼ੀ, ਚਲੋ ਬੇਬੇ ਚੱਲੀਏ ਉੱਧਰ ਫਿਰ। ਹਾਂ ਚਲੋ ਪੁੱਤ, ਚਲੋ ਹੋਰ, ਚਲੋ ਰਲ ਮਿਲ ਕੇ ਰਿਹਾ ਕਰੋ। ਮੈਨੂੰ ਮਾਫ ਕਰ ਦੇ ਭੈਣੇ, ਕੋਈ ਗੱਲ ਨਹੀਂ, ਇਦੋਂ ਬਾਅਦ ਇਹੋ ਜਿਹੀ ਗਲਤੀ ਕਦੇ ਵੀ ਨਹੀਂ ਹੁੰਦੀ, ਜਿਹੜੀ ਗੱਲ ਇਕੱਠ ਚ ਹੁੰਦੀ ਆ ਉਹ ਕੱਲਿਆਂ ਚ ਕਿੱਥੇ ਹੁੰਦੀ ਆ। ਹਨਾ ਲਾਡੀ ਬਾਈ ਜਿੰਦਾ ਲਾ ਦੀ, ਹਾਂ ਜਿੰਦਾ ਲਾ ਦੀ। ਹਾਂਜੀ ਬਾਈ ਜੀ, ਸਤਿ ਸ੍ਰੀ ਅਕਾਲ, ਸਲਾਮ ਅਦਾਬ ਨਮਸਕਾਰ, ਤੁਸੀਂ ਜੁੜੇ ਸਾਂਝੇ ਪਰਿਵਾਰ ਦੇ ਨਾਲ, ਹੁਣ ਵਾਰੀ ਹੈ ਕਮੈਂਟ ਕਰਨ ਵਾਲੇ ਵੀਰਾਂ ਦੀ। ਸਰਬਜੀਤ ਜਸਕਰਨ ਸਿੰਘ ਗੁਮਟੀ ਬਰਨਾਲੇ ਤੋਂ, ਅਮਨ ਬਰਾੜ ਜਗਦੇਵ ਸਿੰਘ ਮੁਕਤਸਰ ਸਾਹਿਬ ਤੋਂ, ਬਚੇਤਰ ਸਿੰਘ ਬਾਲਕਮੋ ਕੇ ਅੰਬਰਸਰ, ਬਹਾਦਰ ਸਿੰਘ ਔਲਖ ਗੁਰਨੇਕਲਾ, ਹਰਪ੍ਰੀਤ ਸ਼ਰਮਾ, ਸੁਮਨ ਜਲੰਧਰ ਤੋਂ, ਜਸਵੀਰ ਕੌਰ,
ਰਮਨਜੋਤ, ਪਰਮਜੀਤ ਕੌਰ, ਲਾਭ ਸਿੰਘ ਰਮਾਣਾ ਸ਼ੇਖਪੁਰਾ, ਤਰਸੇਮ ਸਿੰਘ ਲੈਨਮੈਨ, ਭਜਨ ਕੌਰ ਜੀਰਕਪੁਰ, ਜਸਪਾਲ ਕੌਰ, ਕਰਮਵੀਰ, ਰਜਿੰਦਰ ਕੌਰ, ਅੰਮ੍ਰਿਤਪਾਲ ਕੌਰ ਕੋਟਫੱਤੇ ਤੋਂ, ਰੇਸ਼ਮ ਸਿੰਘ ਨੰਬਰਦਾਰ, ਨਿਰਮਲ ਕੌਰ ਮਨਫੁੱਲ ਸਿੰਘ ਕੈਥਲ ਤੋਂ, ਬਿੰਨੀ ਹੈਂਡ ਨੂੰ ਸੈਂਟਰ ਦਰਾਹਾ। ਧੰਨਵਾਦ ਸਾਰੇ ਵੀਰ ਭਰਾਵਾਂ ਨਾਲ ਜੁੜੇ ਰਹੋ ਇਸ ਤਰ੍ਹਾਂ। ਹਾਂਜੀ ਪਰਿਵਾਰ ਦੇ ਨਾਲ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ, ਚੈਨਲ ਕਰ ਲਓ ਸਬਸਕ੍ਰਾਈਬ। ਮਿਲਦੇ ਹਾਂ ਅਗਲੀ ਵੀਡੀਓ 'ਚ। ਧੰਨਵਾਦ।